ਸਟਾਰ ਦੇ ਸੀ ਕਲਾਕਾਰ ਮੈਂ ਪੁੱਤ ਜੱਟ ਦਾ ਮਨ ਦਾਨੀ ਸਤਿ ਸ਼੍ਰੀ ਅਕਾਲ ਜੀ ਬਹੁਤ ਬਹੁਤ ਸਵਾਗਤ ਹੈ ਤੁਹਾਡਾ ਰੰਗਲਾ ਟੀਵੀ ਤੇ ਜੀ ਬਹੁਤ ਬਹੁਤ ਸ਼ੁਕਰੀਆ ਤੁਹਾਡਾ ਤੇ ਤੁਹਾਡੇ ਸਾਰੇ ਦਰਸ਼ਕਾਂ ਦਾ ਕਿੱਟੂ ਜੀ ਅਗਰ ਆਪਕੋ ਫਿਰ ਵੀ ਲੱਗਤਾ ਹੈ ਕਿ ਕੋਈ ਪ੍ਰੋਬਲਮ ਹੈ ਗਾਣੇ ਮੇਂ ਤੋ ਆਪ ਬੇਝਿਜਕ ਮੁਝੇ ਕਾਲ ਕਰੀਏ ਮੈਂ ਦੁਬਾਰਾ ਆ ਕੇ ਡਬ ਕਰਕੇ ਜਾਊਂਗੀ ਕਿ ਇਹ ਕੋਈ ਬਹੁਤੀ ਵੱਡੀ ਦਲੇਰੀ ਨਹੀਂ ਹੈਗੀ ਤੁਸੀਂ ਗਾਣਿਆਂ ਦੇ ਵਿੱਚ ਹਥਿਆਰਾਂ ਦੀਆਂ ਗੱਲਾਂ ਕਰਦੇ ਹੋ ਐਂ ਕਰ ਦਿਆਂਗੇ ਉਹ ਕਰ ਦਿਆਂਗੇ ਅਤੇ ਚੱਕ ਦਿਆਂਗੇ ਕਹਿੰਦੇ ਆਪਕੇ ਪੰਜਾਬ ਕੇ ਹੈ ਮਿਸਟਰ ਕਿੱਟੂ ਕਰਕੇ ਹੈ ਉਹਨਾਂ ਨੇ ਬਣਾ ਕਹਿੰਦੇ ਇਹ ਕਿੱਟੂ ਦਾ ਕੰਮ ਕੀਤਾ ਹੈ ਯਾਰ ਲੱਗਦਾ ਤਾਂ ਨਹੀਂ ਉਹ ਤਾਂ ਬਹੁਤ ਅੱਛਾ ਕੰਮ ਕਰਦਾ ਮਤਲਬ ਉਹਦੇ ਕਹਿਣ ਦਾ ਮਤਲਬ ਇਹ ਸੀ ਕਿ ਇਹ ਗਾਣਾ ਨਹੀਂ ਅੱਛਾ ਬਣਾਇਆ ਅਦਰਵਾਈਜ਼ ਕਿੱਟੂ ਅੱਛਾ ਕੰਮ ਕਰਦਾ ਡਾਇਰੈਕਸ਼ਨ ਹੀ ਚੇਂਜ ਕਰ ਲਈ ਸੀ ਉਸ ਟਾਈਮ ਕੁਛ ਟਾਈਮ 'ਤੇ ਆ ਕੇ ਥੋੜ੍ਹਾ ਜਿਹਾ ਦਿਮਾਗ ਅਪਸੈਟ ਹੋਇਆ ਸੀ ਮੈਂ ਪਤਾ ਨਹੀਂ ਇੰਟਰਵਿਊ 'ਚ ਕੀ ਕਹਿ ਗਿਆ ਜੀ ਮੈਂ ਮਾਫ਼ੀ ਚਾਹੁੰਦਾ ਜੀ ਤੁਹਾਡੇ ਸਾਰਿਆਂ ਤੋਂ ਭਰਾਓ ਮੇਰੇ ਮਿਊਜ਼ਿਕ ਡਾਇਰੈਕਟਰ ਅੱਜ ਕੱਲ੍ਹ ਤਾਂ ਸਾਰਾ ਕੁਛ ਕੰਪਿਊਟਰ ਮਹਾਰਾਜ ਕਰਦੇ ਨੇ ਸਿਰਫ਼ ਤੁਹਾਨੂੰ ਕੰਪਿਊਟਰ ਦੀ ਨੌਲੇਜ ਹੋਣੀ ਚਾਹੀਦੀ ਹੈ ਅਤੇ ਤੁਹਾਨੂੰ ਇਹ ਪਤਾ ਹੋਣਾ ਚਾਹੀਦਾ ਕਿ ਆਹ ਜਿਹੜਾ ਮਿਊਜ਼ਿਕ ਹੈ ਇੱਥੋਂ ਚੱਕ ਕੇ ਇੱਥੇ ਪੇਸਟ ਕਰਨਾ ਇੱਥੋਂ ਕਾਪੀ ਕਰਕੇ ਇੱਥੇ ਪੇਸਟ ਕਰਨਾ ਕੋਈ ਇੰਸਟਰੂਮੈਂਟ ਵਜਾਉਣਾ ਤੱਕ ਨਹੀਂ ਆਉਂਦਾ ਔਰ ਕੰਪੋਜ਼ ਕਰਨਾ ਤਾਂ ਬੜੀ ਦੂਰ ਦੀ ਗੱਲ ਹੈ ਇਤਨਾ ਦੀਆ ਮੇਰੇ ਮੌਲਾ ਨੇ ਜਿਤਨੀ ਮੇਰੀ ਔਕਾਤ ਨਹੀਂ ਇਹ ਕਰਮ ਹੈ ਸਭ ਉਸੀ ਕਾ ਮੁਝਮੇ ਤੋਂ ਐਸੀ ਕੋਈ ਬਾਤ ਨਹੀਂ ਬਿਲਕੁਲ ਸਤਿ ਸ਼੍ਰੀ ਅਕਾਲ ਰੰਗਲਾ ਟੀਵੀ ਦੇਖਣ ਵਾਲੇ ਸਾਰੇ ਹੀ ਦਰਸ਼ਕਾਂ ਦਾ ਬਹੁਤ ਬਹੁਤ ਸਵਾਗਤ ਹੈ ਅਤੇ ਮੈਂ ਹਾਂ ਜਸਪ੍ਰੀਤ ਸ਼ੋਅ ਚੱਲ ਰਿਹਾ ਦੇਸੀ ਕਲਾਕਾਰ ਜਿਵੇਂ ਕਿ ਤੁਹਾਨੂੰ ਪਤਾ ਹੈ ਇਸ ਪ੍ਰੋਗਰਾਮ ਦੇ ਵਿੱਚ ਅਸੀਂ ਤੁਹਾਡੀ ਨਾਮਵਾਰ ਕਲਾਕਾਰ ਦੇ ਨਾਲ ਮੁਲਾਕਾਤ ਕਰਵਾਉਂਦੇ ਹਾਂ ਅਤੇ ਅੱਜ ਵੀ ਅਸੀਂ ਤੁਹਾਨੂੰ ਅਜਿਹੇ ਕਲਾਕਾਰ ਦੇ ਨਾਲ ਮੁਲਾਕਾਤ ਕਰਵਾਉਣ ਜਾ ਰਹੇ ਹਾਂ ਜਿਨ੍ਹਾਂ ਨੇ ਪੰਜਾਬੀ ਇੰਡਸਟਰੀ 'ਚ ਨਹੀਂ ਬਲਕਿ ਹਿੰਦੀ ਇੰਡਸਟਰੀ ਦੇ ਵਿੱਚ ਵੀ ਬਹੁਤ ਕੰਮ ਕੀਤਾ ਅਤੇ ਮੈਂ ਗੱਲ ਕਰ ਰਹੀ ਹਾਂ ਤੇਜਵੰਤ ਕਿੱਟੂ ਜੀ ਦੀ ਸਭ ਤੋਂ ਪਹਿਲਾਂ ਉਹਨਾਂ ਦਾ ਸਵਾਗਤ ਕਰਦੇ ਹਾਂ ਸਤਿ ਸ਼੍ਰੀ ਅਕਾਲ ਸਰ ਸਤਿ ਸ਼੍ਰੀ ਅਕਾਲ ਜੀ ਬਹੁਤ ਬਹੁਤ ਸਵਾਗਤ ਹੈ ਤੁਹਾਡਾ ਰੰਗਲਾ ਟੀਵੀ 'ਤੇ ਜੀ ਬਹੁਤ ਬਹੁਤ ਸ਼ੁਕਰੀਆ ਤੁਹਾਡਾ ਅਤੇ ਤੁਹਾਡੇ ਸਾਰੇ ਦਰਸ਼ਕਾਂ ਦਾ ਓਕੇ ਸਰ ਸਰ ਸਟਾਰਟਿੰਗ ਤੋਂ ਸਟਾਰਟ ਕਰਦੇ ਹਾਂ ਸਟਾਰਟਿੰਗ ਜਿਹੜੀ ਫੈਮਿਲੀ ਸੀਗੀ ਉਹ ਬਿਜ਼ਨਸ ਫੈਮਿਲੀ ਸੀਗੀ ਉਹ ਤੋਂ 뮤직 ਵੱਲ ਤੁਸੀਂ ਕਿੱਦਾਂ ਆਏ ਇਹ ਤਾਂ ਮੈਨੂੰ ਵੀ ਨਹੀਂ ਪਤਾ ਕਿ ਮੈਂ 뮤직 ਵੱਲ ਕਿਵੇਂ ਆਇਆ ਬਟ ਮੈਂ ਇਹ ਸਮਝਦਾ ਕਿ ਪ੍ਰਮਾਤਮਾ ਦੀ ਬਖਸ਼ਿਸ਼ ਹੁੰਦੀ ਹੈ ਕਲਾਕਾਰ ਬਣਾਏ ਨਹੀਂ ਜਾਂਦੇ ਕਲਾਕਾਰ ਪੈਦਾ ਹੁੰਦੇ ਨੇ ਓਕੇ ਸੋ ਮੈਂ ਵੀ ਸਮਝਦਾ ਵੀ ਮੈਂ ਬਣਿਆ ਬਣਾਇਆ ਕੇਸ ਹੀ ਆਇਆ ਸੀ ਪ੍ਰਮਾਤਮਾ ਵੱਲੋਂ ਸਾਡੀ ਪੂਰੀ ਫੈਮਿਲੀ ਦੇ ਵਿੱਚ ਕੋਈ 뮤직 ਨਾਲ ਰਿਲੇਟਡ ਕੋਈ ਵੀ ਹੈ ਨਹੀਂਗਾ ਔਰ ਸਾਡੀ ਬਿਜ਼ਨਸ ਵਾਲੀ ਫੈਮਿਲੀ ਸੀ ਤਾਂ ਬਟ ਮੈਨੂੰ ਬਚਪਨ ਤੋਂ ਹੀ ਸ਼ੌਕ ਸੀਗਾ ਅਤੇ ਗੁਣਗੁਣਾਉਣਾ ਗਾਣੇ ਗੁਣਗੁਣਾਉਣੇ ਅਤੇ ਹੌਲੀ 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 ਇਹ ਸ਼ੌਕ ਵੱਧਦਾ ਗਿਆ ਅਤੇ ਅੱਜ ਇੱਥੇ ਤੱਕ ਪਹੁੰਚ ਗਈ ਠੀਕ ਹੈ ਸਰ ਵੈਸੇ ਜਿਹੜੀ ਬਿਜ਼ਨਸ ਫੈਮਿਲੀ ਹੁੰਦੀ ਹਮੇਸ਼ਾ ਜਿਹੜਾ ਹੈਗਾ ਉਹ ਮੋਸਟਲੀ ਫੈਮਿਲੀ ਦੇ ਵਿੱਚ ਇਹੀ ਉਮੀਦ ਕੀਤੀ ਜਾਂਦੀ ਕਿ ਬੱਚੇ ਅੱਗੇ ਜਾ ਕੇ ਬਿਜ਼ਨਸ ਨੂੰ ਸੰਭਾਲਣਗੇ ਕਦੀ ਉੱਦਾਂ ਦਾ ਪ੍ਰੈਸ਼ਰ ਨਹੀਂ ਰਿਹਾ ਕਿ ਬਿਜ਼ਨਸ ਸੰਭਾਲੋ 뮤직 ਲਾਈਨ ਦੇ ਵਿੱਚ ਜਾਂ ਰੋਕ ਟੋਕ ਕੁਛ ਇੱਦਾਂ ਦਾ ਨਹੀਂ ਬਿਲਕੁਲ ਐਸਾ ਰਿਹਾ ਮੇਰੇ ਨਾਲ ਬਿਜ਼ਨਸ ਲਈ ਤਾਂ ਨਹੀਂ ਮੈਨੂੰ ਕਿਹਾ ਗਿਆ ਬਟ ਮੇਰੇ ਫਾਦਰ ਸਾਹਿਬ ਚਾਹੁੰਦੇ ਸੀ ਕਿ ਮੈਂ ਐਰੋਨੋਟੀਕਲ ਇੰਜੀਨੀਅਰ ਬਣਾ ਓਕੇ ਅਤੇ ਇੰਜੀਨੀਅਰ ਬਣਾਉਣਾ ਚਾਹੁੰਦੇ ਸੀ ਇਹਦੇ ਲਈ ਮੈਂ ਨੋਨ ਮੈਡੀਕਲ ਵੀ ਲਿਆ ਪਰ ਮੇਰਾ ਕਦੇ ਉੱਧਰ ਧਿਆਨ ਹੀ ਨਹੀਂ ਗਿਆ ਮਤਲਬ ਮੇਰਾ ਇੰਟਰਸਟ ਹੀ ਨਹੀਂ ਬਣਿਆ ਜਿਹੜੀ ਸਾਇੰਸ ਦੀ ਸਟੱਡੀ ਵੱਲ ਨੋਨ ਮੈਡੀਕਲ ਸ਼ੁਰੂ ਤੋਂ ਹੀ ਉਹ ਜਿਹੜਾ ਇੱਕ ਚਿੰਗਾਰੀ ਸੀ ਨਾ ਉਹ ਹੌਲੀ 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 ਸੁਲਗਦੀ ਰਹੀ ਉਹ 뮤직 ਵਾਲੇ ਪਾਸੇ ਨੂੰ ਮੇਰਾ ਇੰਟਰਸਟ ਵੱਧਦਾ ਗਿਆ ਜਿੱਦਾਂ ਜਿੱਦਾਂ ਕਾਲਜ 'ਚ ਗਏ ਉਹ ਹੋਰ ਜ਼ਿਆਦਾ ਵੱਧ ਗਿਆ ਫਿਰ ਮੈਂ ਸਬਜੈਕਟ ਹੀ 뮤직 ਸਬਜੈਕਟ ਲੈ ਲਿਆ ਸੀਗਾ ਅਤੇ ਹਾਲਾਂਕਿ ਫਾਦਰ ਸਾਹਿਬ ਵੱਲੋਂ ਬਹੁਤ ਜ਼ਿਆਦਾ ਵਿਰੋਧਤਾ ਹੋਈ ਇਸ ਗੱਲ ਦੀ ਔਰ ਮੇਰੇ ਨਾਲ ਕਾਫੀ ਨਾਰਾਜ਼ ਵੀ ਰਹੇ ਪਰ ਮੈਂ ਉਹਨਾਂ ਨੂੰ ਕਿਹਾ ਸੀ ਕਿ ਮੈਂ ਤੁਸੀਂ ਜੋ ਮਰਜ਼ੀ ਕਰ ਲਓ ਜਿਹੜਾ ਮੇਰਾ ਸ਼ੌਕ ਹੈ ਮੇਰਾ ਪੈਸ਼ਨ ਹੈ ਮੈਂ ਇਹਦੇ 'ਚ ਹੀ ਤੁਹਾਨੂੰ ਕੁਛ ਕਰਕੇ ਦਿਖਾਊਂਗਾ ਅਤੇ ਜੇ ਨਾ ਕਰਕੇ ਦਿਖਾਇਆ ਫਿਰ ਬੇਸ਼ੱਕਦੀ ਮੈਨੂੰ ਨਾ ਬੁਲਾਇਓ ਤੁਸੀਂ ਬਿਲਕੁਲ ਬਿਲਕੁਲ ਸਹੀ ਕਿਹਾ ਤੁਸੀਂ ਅਤੇ ਸਰ ਜਦੋਂ ਤੁਸੀਂ ਬਹੁਤ ਸਾਰੇ ਕਲਾਕਾਰਾਂ ਦੇ ਨਾਲ ਕੰਮ ਕੀਤਾ ਹੈ ਨਾ ਪੰਜਾਬੀ ਇੰਡਸਟਰੀ ਦੇ ਬਹੁਤ ਸਾਰੇ ਕਲਾਕਾਰ ਜਿਨ੍ਹਾਂ ਨੇ ਤੁਹਾਡੇ ਤੋਂ ਸ਼ੁਰੂਆਤ ਕੀਤੀ ਅਤੇ ਅੱਜ ਇੱਕ ਲੈਵਲ 'ਤੇ ਮੁਕਾਮ 'ਤੇ ਪਹੁੰਚੇ ਹੋਏ ਨੇ ਕਿਵੇਂ ਦਾ ਮਹਿਸੂਸ ਕਰਦੇ ਹੋ ਕਿਵੇਂ ਦੇਖਦੇ ਹੋ ਇਸ ਚੀਜ਼ ਨੂੰ ਤੁਸੀਂ ਮੈਂ ਹਰ ਇੱਕ ਜਿਹੜਾ ਸਮਾਂ ਹਰ ਇੱਕ ਪਲ ਉਸ ਚੀਜ਼ ਨੂੰ ਇੰਜੋਏ ਕਰਦਾ ਔਰ ਆਪਣੀ ਜ਼ਿੰਦਗੀ ਦੇ ਹਰ ਇੱਕ ਮੂਮੈਂਟ ਨੂੰ ਮੈਂ ਇੰਜੋਏ ਕਰਦਾ ਅਤੇ ਉਹ ਵੀ ਬੜਾ ਵਧੀਆ ਰਿਹਾ ਕਿ ਪਰਮਾਤਮਾ ਦੇਖੋ ਪਰਮਾਤਮਾ ਕਿਸੇ ਨਾ ਕਿਸੇ ਨੂੰ ਜ਼ਰੀਆ ਬਣਾਉਂਦਾ ਬਿਲਕੁਲ ਅਤੇ ਇਸੇ ਤਰ੍ਹਾਂ ਜਿਹੜੇ ਨਵੇਂ ਕਲਾਕਾਰ ਨੇ ਉਹਨਾਂ ਨੂੰ ਮੈਨੂੰ ਉਹਨਾਂ ਵਾਸਤੇ ਇੱਕ ਜ਼ਰੀਆ ਬਣਾਇਆ ਉਹ ਮੇਰੇ ਥਰੂ ਲਾਂਚ ਹੋਏ ਅਤੇ ਅੱਜ ਬੜਾ ਵਧੀਆ ਨਾਂ ਕਮਾ ਰਹੇ ਨੇ ਉਹ ਔਰ ਬੜਾ ਚੰਗਾ ਕੰਮ ਕਰ ਰਹੇ ਨੇ ਇੰਡਸਟਰੀ ਦੇ ਵਿੱਚ ਜਿੱਦਾਂ ਕਹਿ ਸਕਦੇ ਹੋ ਤੁਸੀਂ ਫਿਰੋਜ਼ ਖਾਨ ਹੈ ਰਵਿੰਦਰ ਗਰੇਵਾਲ ਇੰਦਰਜੀਤ ਨਿੱਕੂ ਹੈ ਅੰਗਰੇਜ਼ ਅਲੀ ਹੈ ਐਂਡ ਰੋਸ਼ਨ ਪ੍ਰਿੰਸ ਹੈ ਹੋਰ ਬਹੁਤ ਸਾਰੀ ਲੰਬੀ ਲਿਸਟ ਹੈ ਜਿਹੜੇ ਐਸੇ ਕਲਾਕਾਰ ਨੇ ਜਿਨ੍ਹਾਂ ਨੇ ਸ਼ੁਰੂਆਤ ਮੇਰੇ ਤੋਂ ਕੀਤੀ ਅਸੀਂ ਇਕੱਠਿਆਂ ਨੇ ਇੱਕ ਟੀਮ ਬਣਾ ਕੇ ਕੰਮ ਕੀਤਾ ਮੈਂ ਇਹ ਨਹੀਂ ਕਹਿ ਸਕਦਾ ਕਿ ਮੈਂ ਉਹਨਾਂ ਨੂੰ ਲਾਂਚ ਕੀਤਾ ਮੈਂ ਕੁਛ ਨਹੀਂ ਹੁੰਦਾ ਇਹ ਸਭ ਪਰਮਾਤਮਾ ਦੀ ਜਿਹੜੀ ਹੈ ਮਿਹਰ ਹੁੰਦੀ ਹੈ ਰੱਬ ਇੱਕ ਜ਼ਰੀਆ ਬਣਾਉਂਦਾ ਸੋ ਮੈਂ ਜ਼ਰੀਆ ਬਣਿਆ
ਤੇ ਉਹ ਅੱਜ ਇਸ ਇੰਡਸਟਰੀ ਦੇ ਵਿੱਚ ਕੰਮ ਕਰ ਰਹੇ ਨੇ ਸਾਰੇ ਕਲਾਕਾਰ। ਬਿਲਕੁਲ ਸਰ। ਸਰ ਪੰਜਾਬੀ ਇੰਡਸਟਰੀ ਤੋਂ ਇਲਾਵਾ ਤੁਸੀਂ ਹਿੰਦੀ ਇੰਡਸਟਰੀ ਦੇ ਜਿਹੜੇ ਹੈਗੇ ਕਲਾਕਾਰ ਉਹਨਾਂ ਨਾਲ ਵੀ ਕੰਮ ਕੀਤਾ, ਜਿੱਦਾਂ ਸ਼੍ਰੇਆ ਘੋਸ਼ਾਲ ਜੀ ਹੋ ਗਏ, ਹੈ ਨਾ, ਅਤੇ ਕਵਿਤਾ ਕ੍ਰਿਸ਼ਨਮੂਰਤੀ ਹੋ ਗਏ, ਹੋਰ ਬਹੁਤ ਸਾਰੇ ਕਲਾਕਾਰ ਨੇ, ਉਹ ਵਾਲਾ ਐਕਸਪੀਰੀਅੰਸ ਕਿਵੇਂ ਦਾ ਰਿਹਾ ਤੁਹਾਡਾ? ਬਹੁਤ ਅੱਛਾ ਐਕਸਪੀਰੀਅੰਸ ਰਿਹਾ। ਐਕਚੁਲੀ ਮੈਂ ਉਹ ਕਲਾਕਾਰ ਚਾਹੇ ਹਿੰਦੀ ਇੰਡਸਟਰੀ ਵਾਸਤੇ ਸੀਗੇ, ਉਹਨਾਂ ਦੇ ਹਿੰਦੀ ਦੇ ਕਲਾਕਾਰ ਨੇ, ਬਟ ਮੈਂ ਉਹਨਾਂ ਨਾਲ ਆਪਣੇ ਪੰਜਾਬੀ ਦੇ ਗੀਤ ਗਵਾਏ, ਪੰਜਾਬੀ ਫਿਲਮ ਵਾਸਤੇ ਵੀ ਕੰਮ ਕੀਤਾ ਸੀ, ਸ਼੍ਰੇਆ ਜੀ ਤੋਂ ਕੰਮ ਕਰਾਇਆ ਐਂਡ ਕਵਿਤਾ ਕ੍ਰਿਸ਼ਨਮੂਰਤੀ ਜੀ ਨਾਲ ਕੰਮ ਕੀਤਾ। ਇੱਕ ਚੀਜ਼ ਉਹਨਾਂ ਲੋਕਾਂ ਦੇ ਨਾਲ ਇੱਕ ਚੀਜ਼ ਸਿੱਖੀ ਕਿ ਉਹ ਲੋਕ ਆਪਣੇ ਕੰਮ ਲਈ ਬਹੁਤ ਕਮਿਟਿਡ ਨੇ, ਮਤਲਬ ਇੰਨੇ ਕਮਿਟਿਡ ਨੇ। ਮੈਂ ਮੇਰੇ ਵਾਸਤੇ ਤਾਂ ਬਹੁਤ ਵੱਡਾ ਨਾਂ ਸੀ ਉਸ ਟਾਈਮ 'ਤੇ ਕਵਿਤਾ ਕ੍ਰਿਸ਼ਨਮੂਰਤੀ, ਜਦੋਂ ਮੈਂ ਉਹਨਾਂ ਨੂੰ ਸਟੂਡੀਓ 'ਚ ਬੁਲਾਇਆ ਔਰ ਸਟੂਡੀਓ ਦੇ ਵਿੱਚ ਆਏ, ਉਹਨਾਂ ਨੇ ਗਾਣਾ ਸੁਣਿਆ, ਗਾਣਾ ਸੁਣ ਕੇ ਉਹਨਾਂ ਨੇ ਦੋ ਤਿੰਨ ਵਾਰੀ ਜਿੱਦਾਂ ਪ੍ਰੈਕਟਿਸ ਕਰਦੇ ਆ, ਮੈਂ ਦੱਸਿਆ ਕਿ ਇਸ ਤਰ੍ਹਾਂ ਦਾ ਹੈ ਗਾਣਾ, ਆਹ ਮੇਰੀ ਲਿਰਿਕਸ ਨੇ, ਪਹਿਲਾਂ ਲਿਰਿਕਸ ਲਿਖਾਏ ਉਹਨਾਂ ਨੂੰ, ਸਾਰਾ ਕੁਝ ਉਹਦਾ ਫੀਲ ਦੱਸਿਆ ਕਿ ਗਾਣੇ ਦਾ ਮਤਲਬ ਕੀ ਹੈ। ਐਂਡ ਉਸ ਤੋਂ ਬਾਅਦ ਉਹਨਾਂ ਨੇ ਵਨ ਟੇਕ ਓਕੇ ਕਰਤਾ, ਮਤਲਬ ਇੱਕੋ ਹੀ ਵਾਰੀ 'ਚ ਗਾਣਾ ਗਾਤਾ। ਮੈਂ ਬਹੁਤ ਜ਼ਿਆਦਾ ਇੰਪ੍ਰੈਸ ਹੋਇਆ। ਮੈਨੂੰ ਜਾਂਦੇ ਹੋਏ ਕਹਿ ਕੇ ਗਏ ਕਿ ਕਿੱਟੂ ਜੀ, ਅਗਰ ਆਪਕੋ ਫਿਰ ਵੀ ਲੱਗਤਾ ਹੈ ਕਿ ਕੋਈ ਪ੍ਰੋਬਲਮ ਹੈ ਗਾਣੇ ਮੇਂ, ਤੋ ਆਪ ਬੇਝਿਜਕ ਮੁਝੇ ਕਾਲ ਕਰੀਏ, ਮੈਂ ਦੁਬਾਰਾ ਆ ਕੇ ਡਬ ਕਰਕੇ ਜਾਊਂਗੀ। ਮਤਲਬ ਆਹ ਕਮਿਟਮੈਂਟ ਹੈ ਇੱਕ ਸਾਡੇ ਇੱਥੇ ਦੇ ਕਲਾਕਾਰ ਨੇ, ਮੈਨੂੰ ਵੈਸੇ ਕਹਿਣਾ ਤਾਂ ਨਹੀਂ ਚਾਹੀਦਾ, ਬਟ ਕੁਛ ਕਲਾਕਾਰਾਂ ਨੂੰ ਛੱਡ ਕੇ ਬਾਕੀ ਆਲਮੋਸਟ ਇੱਦਾਂ ਦੇ ਨੇ ਕਿ ਉਹ ਭਾਈ ਜਲਦੀ ਕਰੋ ਯਾਰ, ਛੇਤੀ ਜਾਣਾ ਅਸੀਂ, ਮਤਲਬ ਆਪਣੇ ਕੰਮ ਲਈ ਇਮਾਨਦਾਰ ਨਹੀਂ। ਉਹਨਾਂ ਲੋਕਾਂ ਨਾਲ ਰਹਿ ਕੇ ਇਹ ਗੱਲ ਮੈਂ ਸਿੱਖੀ ਹੈ ਕਿ ਜਿਹੜੇ ਬੰਬੇ ਦੇ ਲੋਕ ਨੇ, ਬੰਬੇ 'ਚ ਕਿਉਂ ਨੇ, ਕਿਉਂ ਬਾਲੀਵੁੱਡ 'ਚ ਕੰਮ ਕਰ ਰਹੇ ਨੇ, ਕਿਉਂਕਿ ਆਪਣੇ ਕੰਮ ਦੇ ਲਈ ਇਮਾਨਦਾਰ ਨੇ। ਸਰ ਬਾਲੀਵੁੱਡ ਦੀ ਗੱਲ ਚੱਲ ਰਹੀ ਹੈ ਅਤੇ ਤੁਹਾਡਾ ਜਿਹੜਾ ਹੈਗਾ ਡ੍ਰੀਮ ਪ੍ਰੋਜੈਕਟ, ਠੀਕ ਆ, ਇੱਕ ਟਾਈਮ ਸੀਗਾ ਜਦੋਂ ਤੁਸੀਂ ਸੋਚਿਆ ਵੀ ਨਹੀਂ ਕੰਮ ਨਹੀਂ ਕਰਨਾ, ਉਹ ਕੀ ਸੀਗਾ? ਨਹੀਂ, ਐਸਾ ਕੁਛ ਨਹੀਂ, ਕੰਮ ਨਹੀਂ ਕਰਨਾ ਵਾਲੀ ਕੋਈ ਗੱਲ ਨਹੀਂ ਹੈ। ਬਾਲੀਵੁੱਡ ਨਾਲ ਕੁਛ ਐਕਚੁਲੀ ਇੱਕ ਬੜੀ ਮੇਰੀ ਕੌੜੀ ਜੀ ਯਾਦ ਜੁੜੀ ਹੋਈ ਹੈ, ਬੜੀ ਪੁਰਾਣੀ ਗੱਲ ਹੈ। ਇੱਕ ਫਿਲਮ ਸੀ ਅਕਸ਼ੇ ਕੁਮਾਰ ਉਹਨਾਂ ਦੀ ਫਿਲਮ ਸੀ, ਸਪੈਸ਼ਲ 26, ਉਹਦੇ 'ਚ ਇੱਕੋ ਹੀ ਗਾਣਾ ਕਰਨਾ ਸੀਗਾ ਅਤੇ ਗਾਣਾ ਥੋੜ੍ਹਾ ਪੰਜਾਬੀ ਬੇਸਡ ਗਾਣਾ ਸੀਗਾ, ਪੰਜਾਬੀ ਗਾਣਾ ਸੀ, ਇੱਕ ਵਿਆਹ ਦਾ ਸੀਨ ਸੀ ਅਤੇ ਉਹਦੇ ਲਈ ਉਹ ਗਾਣੇ ਵਾਸਤੇ ਉਹ ਫਿਲਮ ਲਈ ਮੈਨੂੰ ਐਜ਼ ਅ ਮਿਊਜ਼ਿਕ ਡਾਇਰੈਕਟਰ ਮੈਨੂੰ ਕੰਟਰੈਕਟ ਮਿਲਿਆ ਅਤੇ ਅਸੀਂ ਇਕੱਠੇ ਕੰਮ ਕਰਨਾ ਸ਼ੁਰੂ ਕੀਤਾ, ਗਾਣਾ ਬਣਾਇਆ, ਬਹੁਤ ਅੱਛਾ ਗਾਣਾ ਬਣਿਆ ਸੀ। ਅਕਸ਼ੇ ਕੁਮਾਰ ਉਹਨਾਂ ਦੇ ਇੱਕ ਸਾਡੇ ਪੰਜਾਬੀ ਜਿਹੜੇ ਕਲਾਕਾਰ ਨੇ ਉਹ ਫਰੈਂਡ ਨੇ ਅਤੇ ਅਕਸ਼ੇ ਕੁਮਾਰ ਉਹਨਾਂ ਨੇ ਗਾਣਾ ਸੁਣਾਇਆ, ਕਹਿੰਦੇ ਇਹ ਗਾਣਾ ਸੁਣੋ, ਉਹਨੇ ਸੁਣਾਇਆ, ਕਹਿੰਦੇ ਕਿਹਨੇ ਬਣਾਇਆ ਗਾਣਾ, ਕਹਿੰਦੇ ਆਪਕੇ ਪੰਜਾਬ ਕੇ ਹੈ ਮਿਸਟਰ ਕਿੱਟੂ ਕਰਕੇ ਹੈ ਉਹਨਾਂ ਨੇ ਬਣਾਇਆ, ਕਹਿੰਦੇ ਇਹ ਕਿੱਟੂ ਦਾ ਕੰਮ ਕੀਤਾ ਹੋਇਆ? ਅੱਛਾ ਯਾਰ, ਲੱਗਦਾ ਤਾਂ ਨਹੀਂ, ਉਹ ਤਾਂ ਬਹੁਤ ਅੱਛਾ ਕੰਮ ਕਰਦਾ, ਮਤਲਬ ਉਹਦੇ ਕਹਿਣ ਦਾ ਮਤਲਬ ਇਹ ਸੀ ਕਿ ਇਹ ਗਾਣਾ ਨਹੀਂ ਅੱਛਾ ਬਣਾਇਆ, ਅਦਰਵਾਈਜ਼ ਕਿੱਟੂ ਅੱਛਾ ਕੰਮ ਕਰਦਾ। ਹੁਣ ਜਦੋਂ ਤੁਸੀਂ ਕੁਛ ਕਹਿ ਦਿੰਦੇ ਹੋ, ਇਹ ਬਾਲੀਵੁੱਡ ਦੇ ਕਲਾਕਾਰ ਥੋੜ੍ਹੇ ਜਿਹੇ ਇਸ ਤਰ੍ਹਾਂ ਦੇ ਵੀ ਨੇ, ਵਹਿਮੀ ਵੀ ਹੁੰਦੇ ਨੇ, ਜਦੋਂ ਇੱਕ ਪੰਜਾਬ ਦੇ ਬੰਦੇ ਨੇ ਇਹ ਗੱਲ ਕਹੀ ਤਾਂ ਉਹਨਾਂ ਲੱਗਿਆ ਨਹੀਂ ਯਾਰ ਇਹ ਗਾਣਾ ਨਹੀਂ ਕਰੇਂਗੇ, ਉਹਨਾਂ ਨੇ ਉਹ ਗਾਣਾ ਹੀ ਚੇਂਜ ਕਰਤਾ, ਮਤਲਬ ਕਿਸੇ ਹੋਰ ਮਿਊਜ਼ਿਕ ਡਾਇਰੈਕਟਰ ਤੋਂ ਉਹ ਗਾਣਾ ਕਰਾਇਆ। ਹਾਲਾਂਕਿ ਗਾਣਾ ਹੋਰ ਸੀ, ਮੇਰੇ ਵਾਲਾ ਗਾਣਾ ਨਹੀਂ, ਬਟ ਉਹ ਫਿਲਮ ਇੱਕ ਤਰ੍ਹਾਂ ਦੀ ਹੱਥੋਂ ਨਿਕਲ ਗਈ, ਮੇਰਾ ਇੰਨਾ ਦਿਲ ਟੁੱਟਿਆ, ਮੈਂ ਕਿਹਾ ਯਾਰ ਦੱਸੋ ਸਾਡੇ ਹੀ ਬੰਦੇ ਜਿਹੜੇ ਹੈਗੇ ਆ ਉਹ ਸਾਡੀਆਂ ਜੜ੍ਹਾਂ ਵੱਢਣ ਨੂੰ ਫਿਰਦੇ ਨੇ, ਸੋ ਬੜਾ ਮਨ ਦੁਖੀ ਹੋਇਆ ਉਸ ਟਾਈਮ। ਉਸ ਤੋਂ ਬਾਅਦ ਮੈਂ ਸੋਚਿਆ ਮੈਂ ਬਾਲੀਵੁੱਡ ਜਾਣਾ ਹੀ ਨਹੀਂ, ਮੈਂ ਗਿਆ ਹੀ ਨਹੀਂ ਉੱਥੇ, ਮੈਂ ਕਿਹਾ ਇੱਥੇ ਠੀਕ ਹਾਂ, ਮੈਂ ਪੰਜਾਬ 'ਚ ਹੀ ਠੀਕ ਹਾਂ, ਸੋ ਮੈਂ ਆਪਣਾ ਡਾਇਰੈਕਸ਼ਨ ਹੀ ਚੇਂਜ ਕਰ ਲਈ ਸੀ ਉਸ ਟਾਈਮ। ਕੁਛ ਟਾਈਮ 'ਤੇ ਆ ਕੇ ਥੋੜ੍ਹਾ ਜਿਹਾ ਦਿਮਾਗ ਅਪਸੈਟ ਹੋਇਆ ਸੀ, ਬਟ ਫਿਰ ਵੀ ਕਹਿੰਦੇ ਹੁੰਦੇ ਨੇ ਜ਼ਿੰਦਗੀ ਚੱਲਣ ਦਾ ਨਾਂ ਹੈ, ਚੱਲਦੇ ਰਹਿਣਾ ਚਾਹੀਦਾ, ਸੋ ਮੈਂ ਉਦੋਂ ਤੋਂ ਲੈ ਕੇ ਹੁਣ ਤੱਕ ਮੈਂ ਚੱਲਦਾ ਆ ਰਿਹਾ, ਔਰ ਬੜਾ ਸ਼ੁਕਰ ਹੈ ਪਰਮਾਤਮਾ ਦਾ, ਵਾਹਿਗੁਰੂ ਦੀ ਕਿਰਪਾ ਪੂਰੀ। ਠੀਕ ਹੈ ਸਰ, ਬਹੁਤ ਵਧੀਆ ਗੱਲ ਹੈ, ਚੱਲਦੇ ਰਹਿਣਾ ਚਾਹੀਦਾ ਜ਼ਿੰਦਗੀ ਦੇ ਵਿੱਚ। ਅਤੇ ਸਰ ਇੱਕ ਇੰਟਰਵਿਊ ਦੇ ਵਿੱਚ ਤੁਸੀਂ ਕਿਹਾ ਸੀਗਾ ਕਿ ਅਜਿਹੇ ਮਿਊਜ਼ਿਕ ਡਾਇਰੈਕਟਰ ਨੇ ਜਿਨ੍ਹਾਂ ਨੂੰ, ਮਤਲਬ ਉਹ ਕਾਫੀ ਜਿਹੜੇ ਫੇਮਸ ਤਾਂ ਹੈਗੇ ਆ ਪਰ ਉਹਨਾਂ ਨੂੰ ਹੱਥੀ ਜਿਹੜਾ ਹੈ ਉਹ ਸਾਜ਼ ਵਜਾਉਣੇ ਨਹੀਂ ਆਉਂਦੇ ਆ, ਕੀ ਗੱਲ ਸਹੀ ਆ? ਮੈਂ ਪਤਾ ਨਹੀਂ ਇੰਟਰਵਿਊ 'ਚ ਕੀ ਕਹਿ ਗਿਆ ਜੀ, ਮੈਂ ਮਾਫ਼ੀ ਚਾਹੁੰਦਾ ਜੀ ਤੁਹਾਡੇ ਸਾਰਿਆਂ ਤੋਂ ਭਰਾਓ, ਮੇਰੇ ਮਿਊਜ਼ਿਕ ਡਾਇਰੈਕਟਰ ਇਹ ਗੱਲ ਤਾਂ ਹੈਗੀ, ਇਹ ਤੁਹਾਨੂੰ ਵੀ ਪਤਾ, ਵੈਸੇ ਜਿਹੜੇ ਕਈ ਸੁਣ ਰਹੇ ਹੋਣਗੇ, ਅੱਜ ਕੱਲ੍ਹ ਦੇ ਜਿਹੜੇ ਮਿਊਜ਼ਿਕ ਡਾਇਰੈਕਟਰ ਨੇ, ਅੱਜ ਕੱਲ੍ਹ ਤਾਂ ਮਿਊਜ਼ਿਕ ਡਾਇਰੈਕਟਰ ਬਣਨਾ ਬਹੁਤ ਹੀ ਸੌਖਾ ਹੋ ਗਿਆ। ਪਹਿਲਾਂ ਹੁੰਦਾ ਸੀ ਤੁਸੀਂ ਪਹਿਲਾਂ ਟ੍ਰੇਨਿੰਗ ਲੈਂਦੇ ਸੀ, ਸਿੱਖਦੇ ਸੀ, ਤੁਸੀਂ ਮਿਊਜ਼ਿਕ ਸਿੱਖਦੇ ਸੀ, ਰਾਗਾਂ ਬਾਰੇ ਸਿੱਖਦੇ ਸੀ, ਜਿਹੜੀ ਹੈ ਕੰਪੋਜ਼ ਕਰਨਾ, ਕਿਵੇਂ ਗਾਣੇ ਦੀ ਟਿਊਨ ਕਿੱਦਾਂ ਬਣਾਉਣੀ ਹੈ, ਉਹਦੇ ਲਈ ਤੁਹਾਨੂੰ ਬੇਸਿਕ ਨੌਲੇਜ ਹੋਣੀ ਚਾਹੀਦੀ ਹੈ, ਫਿਰ ਇੰਸਟਰੂਮੈਂਟ ਪਲੇ ਕਰਨਾ ਆਉਣਾ ਚਾਹੀਦਾ ਤਾਂ ਕਿ ਤੁਸੀਂ ਉਹਦਾ ਸਹਾਰਾ ਲੈ ਕੇ ਤੁਸੀਂ ਕੰਪੋਜ਼ ਕਰ ਸਕੋ। ਅੱਜ ਕੱਲ੍ਹ ਤਾਂ ਸਾਰਾ ਕੁਛ ਕੰਪਿਊਟਰ ਮਹਾਰਾਜ ਕਰਦੇ ਨੇ, ਸਿਰਫ਼ ਤੁਹਾਨੂੰ ਕੰਪਿਊਟਰ ਦੀ ਨੌਲੇਜ ਹੋਣੀ ਚਾਹੀਦੀ ਹੈ ਅਤੇ ਤੁਹਾਨੂੰ ਇਹ ਪਤਾ ਹੋਣਾ ਚਾਹੀਦਾ ਕਿ ਆਹ ਜਿਹੜਾ ਮਿਊਜ਼ਿਕ ਹੈ ਇੱਥੋਂ ਚੱਕ ਕੇ ਇੱਥੇ ਪੇਸਟ ਕਰਨਾ, ਇੱਥੋਂ ਕਾਪੀ ਕਰਕੇ ਇੱਥੇ ਪੇਸਟ ਕਰਨਾ,
ਆਹ ਮਿਊਜ਼ਿਕ ਡਾਇਰੈਕਟਰ ਅੱਜ ਦੀ ਡੇਟ 'ਚ। ਸੋ ਮੈਂ ਕਹਿ ਸਕਦਾ, ਜਾਂ ਫਿਰ ਅੱਜ ਕੱਲ੍ਹ ਇੱਕ ਹੋਰ ਟ੍ਰੈਂਡ ਚੱਲਿਆ ਹੋਇਆ ਕਿ ਜਿਹਨੂੰ ਕਹਿੰਦੇ ਨੇ ਘੋਸਟ ਮਿਊਜ਼ਿਕ ਡਾਇਰੈਕਟਰਸ, ਮਿਊਜ਼ਿਕ ਘੋਸਟ ਪ੍ਰੋਡਿਊਸਰਸ। ਘੋਸਟ ਪ੍ਰੋਡਿਊਸਰ ਦਾ ਮਤਲਬ ਹੁੰਦਾ ਸਾਇਲੈਂਟ ਹੁੰਦੇ ਆ, ਉਹ ਸਾਹਮਣੇ ਨਹੀਂ ਆਉਂਦੇ ਲੇਕਿਨ ਕੰਮ ਕਰਦੇ ਆ ਉਹ ਆਪਣਾ। ਜਿਹੜੇ ਮਿਊਜ਼ਿਕ ਡਾਇਰੈਕਟਰ ਨੇ ਜਿਨ੍ਹਾਂ ਦਾ ਨਾਂ ਅੱਗੇ ਆਉਂਦਾ, ਉਹ ਕੀ ਕਰਦੇ ਨੇ, ਸਿੰਗਰਾਂ ਨੂੰ ਫੜਦੇ ਨੇ, ਉਹਨਾਂ ਨੂੰ ਕਹਿੰਦੇ ਚੱਲ ਤੇਰਾ ਗਾਣਾ ਕਰਦੇ ਹਾਂ, ਉਹਦਾ ਗਾਣਾ ਲੈ ਕੇ ਉਹ ਘੋਸਟ ਪ੍ਰੋਡਿਊਸਰ ਨੂੰ ਉਹਨੂੰ ਦੇ ਦੇਣਾ, ਪ੍ਰੋਡਿਊਸਰ ਨੂੰ ਵੀ ਤੂੰ ਸਾਡਾ ਗਾਣਾ ਬਣਾ ਦੇ। ਹੁਣ ਮਿਊਜ਼ਿਕ ਉਹਨੇ ਕੀਤਾ, ਕੰਮ ਸਾਰਾ ਉਹਨੇ ਕਰਨਾ, ਉਹਨੂੰ ਪੈਸੇ ਤੱਕ ਮਤਲਬ, ਉਹਨੂੰ ਪੈਸੇ ਮਿਲ ਜਾਂਦੇ ਆ, ਨਾਂ ਆ ਜਾਂਦਾ ਮਿਊਜ਼ਿਕ ਡਾਇਰੈਕਟਰ ਦਾ। ਸੋ ਅੱਜ ਕੱਲ੍ਹ ਬੜਾ ਇੱਕ ਪੰਜਾਬੀ ਮਿਊਜ਼ਿਕ ਨੂੰ ਕਹਿ ਸਕਦੇ ਹੋ ਤੁਸੀਂ ਇੱਕ ਘੁਣ ਵਾਂਗੂ ਚਿੰਬੜੇ ਹੋਏ ਨੇ ਇਹ, ਜਿਹੜੇ ਇਸ ਤਰ੍ਹਾਂ ਦੇ ਬੰਦੇ ਨੇ, ਕਿਉਂਕਿ ਇਹ ਉਹਦੇ ਸਾਡੇ ਕਲਚਰ ਤੋਂ, ਸਾਡੇ ਬੱਚਿਆਂ ਨੂੰ ਦੂਰ ਲੈ ਕੇ ਜਾ ਰਹੇ ਨੇ, ਸਾਡੇ ਸੱਭਿਆਚਾਰ ਤੋਂ ਦੂਰ ਲੈ ਕੇ ਜਾ ਰਹੇ ਨੇ। ਅਜੀਬ ਅਜੀਬ, ਤੁਸੀਂ ਵੀ ਦੇਖ ਰਹੇ ਹੋ ਅੱਜ ਕੱਲ੍ਹ, ਅਜੀਬ ਅਜੀਬ ਤਰ੍ਹਾਂ ਦੇ ਗਾਣੇ ਆਉਂਦੇ ਨੇ, ਔਰ ਗਾਣੇ ਦੀ ਉਮਰ ਕੁਛ ਕੁ ਘੰਟਿਆਂ ਦੀ ਰਹਿ ਗਈ ਹੈ। ਬਿਲਕੁਲ, ਕੁਛ ਘੰਟਿਆਂ ਬਾਅਦ ਤੁਸੀਂ ਭੁੱਲ ਜਾਂਦੇ ਹੋ ਗਾਣਾ ਵੀ ਕੋਈ ਗਾਣਾ ਆਇਆ ਸੀ। ਸੋ ਇਸ ਤਰ੍ਹਾਂ ਦਾ ਮਾਹੌਲ ਬਣ ਗਿਆ। ਕਾਫੀ ਮਿਊਜ਼ਿਕ ਡਾਇਰੈਕਟਰ ਜਿਹੜੇ ਹੈਗੇ ਨੇ ਇੱਦਾਂ ਦੇ ਨੇ, ਜਿਨ੍ਹਾਂ ਨੂੰ ਕੋਈ ਇੰਸਟਰੂਮੈਂਟ ਵਜਾਉਣਾ ਤੱਕ ਨਹੀਂ ਆਉਂਦਾ, ਔਰ ਕੰਪੋਜ਼ ਕਰਨਾ ਤਾਂ ਬੜੀ ਦੂਰ ਦੀ ਗੱਲ ਹੈ। ਸਰ, ਅੱਜ ਕੱਲ੍ਹ ਜਿਹੜੀ ਉਹ ਲਾਈਵ ਸਿੰਗਿੰਗ ਬਹੁਤ ਘੱਟ ਗਈ ਆ ਜੀ, ਕੀ ਲੱਗਦਾ ਉਹਦੇ ਪਿੱਛੇ ਕੀ ਰੀਜ਼ਨ ਆ? ਉਹਦੇ ਪਿੱਛੇ ਰੀਜ਼ਨ ਇਹੀ ਹੈ ਜੀ, ਕੌਨਫੀਡੈਂਸ ਨਹੀਂ ਹੈਗਾ। ਕੌਨਫੀਡੈਂਸ ਉਦੋਂ ਹੀ ਹੁੰਦਾ ਜਦੋਂ ਤੁਸੀਂ ਸਿੱਖਿਆ ਹੁੰਦਾ, ਜਦੋਂ ਤੁਸੀਂ ਤਿਆਰ ਹੁੰਦੇ ਹੋ ਕਿਸੇ ਚੀਜ਼ ਵਾਸਤੇ, ਜਦੋਂ ਤੁਹਾਡੇ ਅੰਦਰ ਆਤਮ ਵਿਸ਼ਵਾਸ ਜਿਹਨੂੰ ਕਹਿੰਦੇ ਆ, ਉਦੋਂ ਹੀ ਪੈਦਾ ਹੁੰਦਾ ਜਦੋਂ ਤੁਸੀਂ ਕਿਸੇ ਚੀਜ਼ ਦੀ ਤਿਆਰੀ ਕੀਤੀ ਹੁੰਦੀ ਹੈ। ਜਦੋਂ ਤੁਹਾਡੀ ਤਿਆਰੀ ਨਹੀਂ, ਕੌਨਫੀਡੈਂਸ ਨਹੀਂ ਹੈਗਾ, ਕੌਨਫੀਡੈਂਸ ਨਾ ਹੋਣ ਕਰਕੇ ਤੁਸੀਂ ਲਾਈਵ ਗਾ ਹੀ ਨਹੀਂ ਪਾਉਂਦੇ, ਇਸ ਕਰਕੇ ਤੁਸੀਂ ਮਸ਼ੀਨਾਂ ਦਾ ਸਹਾਰਾ ਲੈ ਕੇ ਗਾ ਲੈਂਦੇ ਹੋ। ਬਿਲਕੁਲ ਸਰ, ਇੱਕ ਥੋੜ੍ਹਾ ਕੰਟਰੋਵਰਸੀ ਕ੍ਰੀਏਟ ਹੋਈ ਸੀਗੀ ਜਦੋਂ ਕਿ ਇੱਕ ਰਿਐਲਿਟੀ ਸ਼ੋਅ ਦੇ ਵਿੱਚ ਜੱਜਮੈਂਟ ਦੇ ਵਿੱਚ ਨਾ ਮਾਸਟਰ ਸਲੀਮ ਨਾਲ ਥੋੜ੍ਹੀ ਝੜਪ ਹੋਈ ਸੀਗੀ, ਅਤੇ ਉਹ ਕਿਉਂ ਸੀ, ਉਹ ਕੀ ਰੀਜ਼ਨ ਸੀਗਾ, ਉਹ ਕਾਹਦੇ ਵਾਸਤੇ ਹੋਈ ਸੀਗੀ ਝੜਪ? ਦੇਖੋ, ਸਾਡਾ ਆਪਸੀ ਪਿਆਰ ਹੈ ਬਹੁਤ ਜ਼ਿਆਦਾ। ਮਾਸਟਰ ਸਲੀਮ ਜਿਹੜਾ ਮੇਰਾ ਛੋਟਾ ਭਰਾ ਹੈ, ਸਾਡਾ ਆਫ ਦਾ ਕੈਮਰਾ, ਅਸੀਂ ਖਾਣਾ ਇਕੱਠੇ ਖਾਂਦੇ ਹਾਂ, ਅਸੀਂ ਰਹਿੰਦੇ ਇਕੱਠੇ ਹਾਂ, ਪਰ ਉਹ ਜਿਹੜਾ ਸੈੱਟ 'ਤੇ ਹੁੰਦਾ ਨਾ, ਉਹ ਇੱਕ ਕਹਿ ਸਕਦੇ ਹੋ ਵਿਚਾਰਕ ਮਤਭੇਦ ਹੁੰਦੇ ਨੇ। ਹੁਣ ਜਿਵੇਂ ਆਪਣਾ ਆਪਣਾ ਤੁਹਾਡਾ ਸੁਣਨ ਦਾ ਨਜ਼ਰੀਆ, ਕਿਸੇ ਬੱਚੇ ਨੇ ਗਾਇਆ ਅਤੇ ਉਹ ਬੱਚੇ ਦੇ ਵਿੱਚ ਨੁਕਸ ਕੱਢੇ, ਹੁਣ ਉਹ ਉਹਨਾਂ ਦਾ ਨਜ਼ਰੀਆ। ਮੈਨੂੰ ਲੱਗਿਆ ਕਿ ਨਹੀਂ, ਇੰਨੇ ਨੁਕਸ ਨਹੀਂ ਹੈਗੇ ਜਿੰਨੇ ਇਹਨਾਂ ਨੇ ਗਿਣਾ ਤੇ। ਔਰ ਮੇਰੇ ਅੱਜ ਵੀ ਯਾਦ ਹੈ, ਉਹ ਕਲਾਕਾਰ ਦਾ ਨਾਂ ਸੀ ਗੁਰਨਾਮ ਭੁੱਲਰ, ਜਿਹੜਾ ਅੱਜ ਦਾ ਇੱਕ ਫੇਮਸ ਕਲਾਕਾਰ ਹੈ ਗੁਰਨਾਮ ਭੁੱਲਰ। ਗੁਰਨਾਮ ਭੁੱਲਰ ਵਾਸਤੇ ਸਲੀਮ, ਮਾਸਟਰ ਸਲੀਮ ਉਹਨਾਂ ਨਾਲ ਮੇਰਾ ਥੋੜ੍ਹਾ ਜਿਹਾ ਆਰਗੂਮੈਂਟ ਹੋਇਆ ਸੀ, ਕਿਉਂਕਿ ਉਹ ਕਹਿ ਰਹੇ ਸੀ ਕਿ ਉਹਦੀ ਆਵਾਜ਼ ਠੀਕ ਨਹੀਂ ਹੈ। ਮੈਂ ਕਹਿ ਰਹੇ ਸੀ ਆਵਾਜ਼ ਠੀਕ, ਆਵਾਜ਼ ਲਈ ਕੋਈ ਗੱਲ ਨਹੀਂ ਹੈ, ਤੁਸੀਂ ਇਹ ਦੇਖੋ ਕਿ ਉਹਨੇ ਠੀਕ ਗਾਇਆ ਜਾਂ ਨਹੀਂ ਗਾਇਆ। ਬਸ ਥੋੜ੍ਹਾ ਜਿਹਾ ਵਿਚਾਰਕ ਮਤਭੇਦ ਹੈ, ਅਦਰਵਾਈਜ਼ ਕੋਈ ਐਸੀ ਗੱਲ ਨਹੀਂ ਸੀ, ਸਾਡਾ ਪਿਆਰ ਉਹਨਾਂ ਹੀ ਹੈ। ਓਕੇ ਸਰ, ਸੋਸ਼ਲ ਮੀਡੀਆ ਦੀ ਜੇ ਗੱਲ ਕਰੀਏ ਤਾਂ ਅੱਜ ਕੱਲ੍ਹ ਲੋਕ ਜਿਹੜੇ ਆ ਉਹ ਵਿਊਜ਼ ਲੈਣ ਦੇ ਲਈ ਬਹੁਤ ਕੁਛ ਕਰਦੇ ਆ, ਅਤੇ ਇੱਕ ਇੱਦਾਂ ਵੀ ਹੋਇਆ ਸੀਗਾ ਕਿ ਬੱਬੂ ਮਾਨ ਦੇ ਜਿਹੜੇ ਹੈਗੇ ਮਦਰ ਦੀ ਡੈਥ ਹੋਈ ਸੀਗੀ, ਅਤੇ ਕਿਸੇ ਨੇ ਤੁਹਾਡੀ ਮਦਰ ਦੀ ਫੋਟੋ ਲਗਾ ਕੇ ਅਤੇ ਉਹਦੇ ਉੱਤੇ ਕੈਪਸ਼ਨ ਦੇ ਦਿੱਤੀ ਸੀਗੀ, ਅਤੇ ਉਹ ਉਹਦੇ ਪਿੱਛੇ ਕੀ ਰੀਜ਼ਨ ਸੀਗਾ, ਕਿ ਉਹ ਗੱਲ ਇਹ ਕਿਉਂ ਹੋਈ ਟ੍ਰੈਜਡੀ? ਐਕਚੁਲੀ ਇਹ ਤਾਂ ਨਾ ਥੋੜ੍ਹਾ ਜਿਹਾ ਲੋਕਾਂ ਦੀ ਜਿਹਨੂੰ ਕਹਿ ਸਕਦੇ ਹੋ ਜਾਣਕਾਰੀ ਘੱਟ ਹੋਣ ਕਰਕੇ ਥੋੜ੍ਹਾ ਹੈਗਾ। ਹੋ ਸਕਦਾ ਕੋਈ ਨਾ ਕੋਈ ਫੈਨ ਹੋਣ ਮਾਨ ਸਾਹਿਬ ਦੇ, ਬੱਬੂ ਮਾਨ, ਉਹਨਾਂ ਦੇ ਉਸ ਟਾਈਮ ਬੜੀ ਦੁੱਖਦਾਈ ਜਿਹੜੀ ਆ ਖਬਰ ਸੀਗੀ ਸਾਡੇ ਸਾਰਿਆਂ ਲਈ ਕਿ ਉਹਨਾਂ ਦੇ ਮਦਰ ਜਿਹੜੇ ਆ ਅਕਾਲ ਚਲਾਣਾ ਕਰ ਗਏ। ਪਰ ਉਹ ਹੋਇਆ ਕਿ ਜਦੋਂ ਇੱਕ ਫੋਟੋ ਸੋਸ਼ਲ ਮੀਡੀਆ 'ਤੇ ਸੀਗੀ ਪਿਕਚਰ, ਇੱਕ ਜਦੋਂ ਅਸੀਂ ਇਹ ਆਪਣੇ ਸਟੂਡੀਓ ਦੀ ਓਪਨਿੰਗ ਕੀਤੀ ਸੀ, ਉਸ ਟਾਈਮ ਬੱਬੂ ਮਾਨ ਉਹਨਾਂ ਨੇ ਮੇਰੇ ਮਦਰ ਦੇ ਨਾਲ ਇੱਕ ਫੋਟੋ ਖਿਚਾਈ, ਔਰ ਬਹੁਤ ਹੀ ਪਿਆਰੀ ਫੋਟੋ ਆਈ ਹੋਈ ਹੈ। ਬੱਬੂ ਮਾਨ ਉਹਨਾਂ ਨੇ ਮਾਂ ਨੂੰ ਇੱਦਾਂ ਬੁੱਕਲ 'ਚ ਲੈ ਕੇ ਨਾ, ਕਲਾਵੇ 'ਚ ਲੈ ਕੇ, ਕਹਿੰਦਾ ਇਹਨਾਂ ਦੇ ਕਰਕੇ ਹੈ ਸਾਰਾ ਕੁਛ ਜੋ ਵੀ ਹੈ। ਸੋ ਉਹ ਉਸ ਟਾਈਮ ਉਹ ਇੱਕ ਐਸਾ ਮੂਮੈਂਟ ਬਣਿਆ ਸੀ, ਅਤੇ ਉਹ ਕਿਸੇ ਨਾ ਕਿਸੇ ਜਿਹਨੇ ਵੀ ਪੋਸਟ ਕੀਤੀ ਹੋਣੀ ਆ ਉਹਨੂੰ ਲੱਗਿਆ ਹੋਣਾ ਕਿ ਸ਼ਾਇਦ ਇਹੀ ਉਹਨਾਂ ਦੇ ਮਦਰ ਨੇ ਜਿਹੜੇ ਐਕਸਪਾਇਰ ਹੋ ਗਏ, ਅਤੇ ਉਹ ਫੋਟੋ ਗਲਤੀ ਨਾਲ ਕਿਤੇ ਅਪਲੋਡ ਕਰਤੀ, ਉਹ ਸਾਰੇ ਉਸ ਫੋਟੋ 'ਤੇ ਹੀ ਗੱਲਾਂ ਕਰਨ ਲੱਗ ਗਏ, ਅਤੇ ਮੈਂ ਇਹੀ ਕਿਹਾ ਸੀ ਕਿ ਇਹ ਉਹਨਾਂ ਦੀ ਫੋਟੋ ਨਹੀਂ ਹੈ, ਉਹਨਾਂ ਦੇ ਮਦਰ ਦੀ, ਇਹ ਮੇਰੇ ਮਦਰ ਨੇ ਜਿਨ੍ਹਾਂ ਨਾਲ ਬੱਬੂ ਦੀ ਫੋਟੋ ਹੈ, ਕਿਸੇ ਨੇ ਗਲਤੀ ਨਾਲ ਪੋਸਟ ਕੀਤੀ ਹੈ। ਸੋ ਆਹ ਮਸਲਾ ਸੀ ਜੀ। ਓਕੇ, ਅਤੇ ਸਰ ਸੰਗੀਤ ਜਿਹੜੇ ਸਿੰਗਰਸ ਤਾਂ ਹੈਗੇ ਹੀ ਆ ਜਿਹੜੇ ਤੁਹਾਡੇ ਨਾਲ ਜੋੜ ਕੇ ਉੱਥੇ ਤੱਕ ਪਹੁੰਚੇ, ਕ੍ਰਿਕਟਰ ਵੀ ਹਰਭਜਨ ਸਿੰਘ ਹੈ ਨਾ? ਹਰਭਜਨ ਮੇਰੇ ਬਹੁਤ ਅੱਛਾ ਮਿੱਤਰ ਨੇ ਜੀ, ਉਹ ਬਹੁਤ ਸੰਗੀਤ ਦੇ ਰਸੀਆ ਨੇ, ਅਤੇ ਜਦੋਂ ਵੀ ਕਦੇ ਉਹਨਾਂ ਨੂੰ ਟਾਈਮ ਲੱਗਦਾ ਉਹ ਕਹਿੰਦੇ ਨੇ ਚਲੋ ਆਪਾਂ ਗਾਣਾ ਗਾਉਂਦੇ ਹਾਂ, ਜਾਂ ਕਈ ਵਾਰੀ ਇਸ ਤਰ੍ਹਾਂ ਦਾ ਵੀ ਹੋਇਆ ਕਿ ਲੇਟ ਨਾਈਟ ਉੱਥੇ ਸਟੂਡੀਓ 'ਚ ਆਏ ਨੇ, ਅਤੇ ਅਸੀਂ ਇੱਕ ਗਾਣਾ ਵੀ ਰਿਕਾਰਡ ਕੀਤਾ ਸੀ ਉਹਨਾਂ ਦਾ, ਜਿਹਦੇ ਲਈ ਉਹ, ਕਿਉਂਕਿ ਹਰ ਸ਼ਖਸ ਦੇਖੋ ਆਪਣੀ ਮਾਂ ਨੂੰ ਬਹੁਤ ਪਿਆਰ ਕਰਦਾ, ਇਸੇ ਤਰ੍ਹਾਂ ਹਰਭਜਨ ਵੀ, ਉਹ ਵੀ ਭੱਜੀ ਕਹਿੰਦੇ ਹਾਂ ਅਸੀਂ, ਉਹ ਵੀ ਆਪਣੇ ਮਦਰ ਨੂੰ ਬਹੁਤ ਪਿਆਰ ਕਰਦੇ ਨੇ,
ਅਤੇ ਉਹਨਾਂ ਨੇ ਆਪਣੀ ਮਾਂ ਲਈ ਇੱਕ ਗੀਤ ਰਿਕਾਰਡ ਕੀਤਾ ਸੀ, ਸੋ ਉਹ ਅਸੀਂ ਇੱਥੇ ਰਿਕਾਰਡ ਕੀਤਾ ਸੀ। ਅਤੇ ਸ਼ੌਕ ਤਾਂ ਹੈਗਾ ਉਹਨਾਂ ਨੂੰ ਵੀ ਗਾਉਣ ਦਾ, ਪਰ ਟਾਈਮ ਨਹੀਂ ਲੱਗ ਪਾਉਂਦਾ ਕਿਉਂਕਿ ਉੱਧਰ ਕ੍ਰਿਕਟ 'ਚ ਇੰਨੇ ਬਿਜ਼ੀ ਨੇ ਅਤੇ ਉਹਨਾਂ ਨੂੰ ਟਾਈਮ ਨਹੀਂ ਲੱਗਦਾ। ਅਦਰਵਾਈਜ਼ ਸੰਗੀਤ ਦੇ ਰਸੀਆ ਨੇ, ਹੀ ਇਜ਼ ਗੁੱਡ ਲਿਸਨਰ। ਓਕੇ ਸਰ, ਇੱਕ ਹੋਰ ਯਾਦ ਸੀਗੀ ਜਦੋਂ ਜਿਹੜੇ ਤੁਹਾਡੇ ਚਾਰ ਪੰਜ ਜਾਣਿਆਂ ਦਾ ਗਰੁੱਪ ਸੀਗਾ ਜੀ, ਰਾਣਾ ਜੀ ਨੇ ਹੈ ਨਾ ਕਮਿਟ ਉਹ ਕੀਤੀ ਸੀਗੀ ਕਿ ਹਰ ਬਾਰੇ ਜਿੰਨੇ ਵੀ ਤੁਸੀਂ ਚਾਰੋਂ ਜਾਣੇ ਸੀ ਸਾਰਿਆਂ ਬਾਰੇ ਦੱਸਿਆ ਸੀ ਕਿ ਆਹ ਇਹ ਨੇ ਮਤਲਬ ਕਿ ਇਨ ਫਿਊਚਰ ਦੇ ਵਿੱਚ ਉਹ ਬੰਦਾ ਉਹੀ ਮਤਲਬ ਬਣਿਆ। ਉਦੋਂ ਉਸ ਟਾਈਮ ਸੋਚਿਆ ਸੀਗਾ ਕਿ ਜੋ ਇੱਕ ਕਮੈਂਟਰੀ ਕਰ ਰਹੇ ਨੇ ਅਤੇ ਇਹ ਉਹੀ ਬਣੇਗਾ? ਉਹ ਅੱਛਾ 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 ਅੱਛਾ, ਇਹ ਬਹੁਤ ਪੁਰਾਣੀ ਗੱਲ ਹੈ ਜੀ, ਤੁਸੀਂ ਯਾਦ ਕਰਾਈ। ਅਸੀਂ ਐਕਚੁਲੀ ਮੈਂ ਆਈ ਥਿੰਕ ਸੈਕਿੰਡ ਈਅਰ 'ਚ ਪੜ੍ਹਦਾ ਹੋਊਗਾ, ਗੌਰਮੈਂਟ ਕਾਲਜ ਮਲੇਰਕੋਟਲਾ ਮੈਂ ਪੜ੍ਹਦਾ ਸੀ, ਅਤੇ ਅਸੀਂ ਯੂਥ ਫੈਸਟੀਵਲ ਜਿਹੜੇ ਕਾਲਜਿਸ ਦੇ ਵਿੱਚ ਹੁੰਦੇ ਨੇ ਫੈਸਟੀਵਲ ਹੁੰਦੇ ਨੇ, ਉਹ ਫੈਸਟੀਵਲ ਲੜਨ ਵਾਸਤੇ ਅਸੀਂ ਕੰਪੀਟੀਸ਼ਨ ਲੜਨ ਲਈ ਬੁਢਲਾਡੇ ਗਏ ਸੀ। ਅਤੇ ਉਸ ਟਾਈਮ ਵਕਤ ਥੋੜ੍ਹਾ ਇੱਦਾਂ ਦਾ ਹੀ ਹੁੰਦਾ ਸੀ, ਖਰਾਬ ਵਕਤ ਹੁੰਦਾ ਸੀ, ਅਤੇ ਸਾਨੂੰ ਟਾਈਮ ਦਾ ਧਿਆਨ ਨਾ ਰਿਹਾ। ਅਤੇ ਜਦੋਂ ਅਸੀਂ ਜਦੋਂ ਤੱਕ ਰਿਜ਼ਲਟ ਅਨਾਊਂਸ ਹੋਏ ਉਦੋਂ ਤੱਕ ਸ਼ਾਮ ਦੇ 4:30 ਵੱਜ ਚੁੱਕੇ ਸੀ, ਅਤੇ ਸਾਨੂੰ ਪਤਾ ਲੱਗਿਆ ਕਿ ਬੁਢਲਾਡੇ ਤੋਂ ਹੁਣ ਬੱਸਾਂ ਨਹੀਂ ਚੱਲਣੀਆਂ ਇਸ ਟਾਈਮ, 4:30 ਤੋਂ ਬਾਅਦ ਬੱਸਾਂ ਬੰਦ। ਅਸੀਂ ਸੋਚਿਆ ਹੁਣ ਕੀ ਕਰੀਏ, ਅਤੇ ਚਲੋ ਜੀ ਕਿਸੇ ਤਰ੍ਹਾਂ ਮੈਨੇਜ ਕਰਕੇ ਅਸੀਂ ਉੱਥੋਂ ਜਾਖਲ ਪਹੁੰਚੇ। ਕਿਸੇ ਨੇ ਦੱਸਿਆ ਸੀ ਕਿ ਜਾਖਲ ਤੋਂ ਟ੍ਰੇਨ ਚੱਲਦੀ ਹੈ, ਬਟ ਸਾਡੀ ਬੈਡ ਲੱਕ ਕਿ ਜਿੱਦਾਂ ਹੀ ਜਾਖਲ ਅਸੀਂ ਐਂਟਰ ਕੀਤੇ ਉਹ ਫਾਟਕ ਲੱਗਿਆ ਸੀ, ਰੇਲਵੇ ਫਾਟਕ, ਅਤੇ ਉੱਥੋਂ ਇੱਕ ਟ੍ਰੇਨ ਕ੍ਰੋਸ ਕਰ ਰਹੀ ਸੀ, ਅਤੇ ਸਾਨੂੰ ਜਿਹੜਾ 4-wheeler ਜਿਹਦੇ 'ਚ ਅਸੀਂ ਗਏ ਸੀਗੇ ਜਾਖਲ ਤੱਕ, ਉਹਦੇ ਡਰਾਈਵਰ ਨੇ ਦੱਸਿਆ ਕਿ ਆਹ ਟ੍ਰੇਨ ਹੈ ਜਿਹੜੀ ਜਾਣੀ ਹੈ, ਲਾਸਟ ਟ੍ਰੇਨ ਹੈ ਤੁਹਾਡੀ, ਹੁਣ ਇਸ ਤੋਂ ਬਾਅਦ ਸਵੇਰੇ 4 ਵਜੇ ਚੱਲੂਗੀ ਟ੍ਰੇਨ। ਸਰਦੀਆਂ ਦੇ ਦਿਨ ਸੀ, ਅਸੀਂ ਉਹ ਸਾਰੀ ਰਾਤ ਸਟੇਸ਼ਨ 'ਤੇ ਕੱਟੀ ਜਾਗ ਕੇ, ਅਤੇ ਅਸੀਂ ਕਿਹਾ ਹੁਣ ਬੋਰ ਹੋਵਾਂਗੇ। ਰਾਣਾ ਸ਼ੁਰੂ ਤੋਂ ਹੀ, ਰਾਣਾ ਰਣਵੀਰ, ਮੈਂ ਉਹਨਾਂ ਦੀ ਗੱਲ ਕਰ ਰਿਹਾ, ਰਾਣਾ ਰਣਵੀਰ ਸ਼ੁਰੂ ਤੋਂ ਹੀ ਸ਼ਰਾਰਤੀ ਕੋਮੇਡੀਅਨ ਰਹੇ ਨੇ। ਉਹਨਾਂ ਨੇ ਨਾ ਇੱਕ ਵੈਸੇ ਹੀ ਸਟੇਸ਼ਨ 'ਤੇ ਇੱਕ ਮਾਈਕ ਲਾ ਲਿਆ, ਇੱਦਾਂ ਬਣਾ ਲਿਆ, ਇੱਕ ਡੰਡੇ ਨੂੰ ਮਾਈਕ ਬਣਾ ਲਿਆ, ਕਹਿੰਦੇ ਚਲੋ ਵੀ ਆਪਾਂ ਮਹਿਫਿਲ ਲਾਈਏ, ਕਿਉਂਕਿ ਸਾਡੇ ਕੋਲ ਹਾਰਮੋਨੀਅਮ ਢੋਲਕ ਸਾਰਾ ਕੁਛ ਸੀਗਾ, ਅਤੇ ਉਹ ਬਣ ਗਿਆ ਅਨਾਊਂਸਰ। ਅਤੇ ਜਿਵੇਂ ਕਹਿੰਦੇ ਕਦੇ ਕਦੇ ਕਿਸੇ ਬੰਦੇ ਦੇ ਜ਼ੁਬਾਨ 'ਤੇ ਸਵਰਸਵਤੀ ਆਪ ਸਾਕਸ਼ਾਤ ਵਿਰਾਜਮਾਨ ਹੁੰਦੀ ਹੈ, ਉਸ ਟਾਈਮ 'ਤੇ ਉਹਨਾਂ ਨੇ ਜਿਸ ਬੰਦੇ ਨੂੰ ਜਿਸ ਕੈਰੇਕਟਰ ਦੇ ਵਿੱਚ ਜਾਂ ਜਿਸ ਅਹੁਦੇ 'ਤੇ ਉਹਨਾਂ ਨੇ ਅਨਾਊਂਸ ਕੀਤਾ, ਅੱਜ ਅਸੀਂ ਸਾਰੇ ਮਿੱਤਰ ਅਸੀਂ ਉਸ ਉਹੀ ਪ੍ਰੋਫੈਸ਼ਨ ਦੇ ਵਿੱਚ ਕੰਮ ਕਰ ਰਹੇ ਹਾਂ। ਜਿੱਦਾਂ ਸਾਡੇ ਇੱਕ ਬਹੁਤ ਹੀ ਨਾਮਵਰ ਹਿੰਦੀ ਫਿਲਮ ਇੰਡਸਟਰੀ ਦੇ ਗੀਤਕਾਰ ਨੇ ਡਾਕਟਰ ਇਰਸ਼ਾਦ ਕਾਮਿਲ, ਉਹਨਾਂ ਦੀਆਂ ਬੜੀਆਂ ਕਮਾਲ ਦੀਆਂ ਫਿਲਮਾਂ ਆਈਆਂ ਨੇ ਔਰ ਸਾਰੇ ਗਾਣੇ ਹਿੱਟ ਨੇ ਉਹਨਾਂ ਦੇ, ਜਿੱਦਾਂ ਰੌਕ ਸਟਾਰ, ਲਵ ਅੱਜ ਕੱਲ੍ਹ, ਕੋਕਟੇਲ, ਵੀ ਆਰ ਫੈਮਿਲੀ, ਰਾਂਝਣਾ, ਹਾਈਵੇ, ਮਤਲਬ ਬਹੁਤ ਲੰਬੀ ਲਿਸਟ ਹੈ। ਰੀਸੈਂਟਲੀ ਇੱਕ ਗਾਣਾ ਉਹਨਾਂ ਦਾ ਹਿੱਟ ਹੋਇਆ ਸੀ, ਦਿਲ ਦੀਆਂ ਗੱਲਾਂ, ਅਤੇ ਉਹਨਾਂ ਬਾਰੇ ਕਿਹਾ ਗਿਆ ਕਿ ਸਾਡੇ ਹਿੰਦੀ ਫਿਲਮ ਇੰਡਸਟਰੀ ਦੇ ਬਹੁਤ ਹੀ ਨਾਮਵਰ ਗੀਤਕਾਰ ਇਰਸ਼ਾਦ ਕਾਮਿਲ, ਅਤੇ ਉਹ ਦੇਖੋ ਜੀ ਅੱਜ ਉਹ ਬਣੇ ਨੇ, ਹਾਲਾਂਕਿ ਉਸ ਉਦੋਂ ਅਸੀਂ ਸਟੂਡੈਂਟ ਸੀ। ਅਤੇ ਇਹਨਾਂ ਦੇ ਗੀਤ ਨੂੰ ਸੰਗੀਤ ਦੇ ਰਹੇ ਨੇ ਸਾਡੇ ਬਹੁਤ ਹੀ ਨਾਮਵਰ ਸੰਗੀਤਕਾਰ ਤੇਜਵੰਤ ਕਿੱਟੂ, ਅਤੇ ਮੈਂ ਉਦੋਂ ਮਤਲਬ ਸੰਗੀਤਕਾਰ ਬਣਨ ਬਾਰੇ ਸੋਚਿਆ ਤੱਕ ਨਹੀਂ ਸੀ, ਅਤੇ ਮੈਂ ਤੁਹਾਡਾ ਆਪਣਾ ਵੀਰ ਕੋਮੇਡੀਅਨ ਰਾਣਾ ਰਣਵੀਰ। ਅਤੇ ਦੇਖੋ ਜੀ ਅੱਜ ਉਹ ਫਿਲਮਾਂ ਦੇ ਵਿੱਚ ਹੁਣ ਕੋਮੇਡੀਅਨ ਵੀ ਨੇ, ਐਕਟਰ ਵੀ ਨੇ ਔਰ ਹੁਣ ਤਾਂ ਡਾਇਰੈਕਟਰ ਬਣ ਗਏ ਨੇ, ਰਾਈਟਰ ਡਾਇਰੈਕਟਰ ਨੇ। ਅਤੇ ਇੱਕ ਸਾਡੇ ਮਿੱਤਰ ਹੁੰਦੇ ਸੀ, ਉਹ ਵੀ ਸਾਡੇ ਨਾਲ ਸੀ, ਅਤੇ ਉਹਨਾਂ ਬਾਰੇ ਕਿਹਾ ਸੀ, ਉਹ ਉਦੋਂ ਕਾਲਜ ਦੇ ਪਲੇ ਕਰਦੇ ਹੁੰਦੇ ਸੀ, ਉਹਨਾਂ ਬਾਰੇ ਕਿਹਾ ਸੀ ਕਿ ਇਹ ਸਾਡੇ ਹਿੰਦੀ ਫਿਲਮਾਂ ਦੇ ਬਹੁਤ ਹੀ ਆਉਣ ਵਾਲਾ ਜਾਣਿਆ ਪਹਿਚਾਣਿਆ ਚਿਹਰਾ ਨਿਸਾਰ ਖਾਨ। ਉਹ ਨਿਸਾਰ ਖਾਨ ਅੱਜ ਦੀ ਡੇਟ 'ਚ ਬਾਲੀਵੁੱਡ ਦੇ ਵਿੱਚ ਐਕਟਰ ਹੈ, ਉਹਨਾਂ ਦੀ ਫਿਲਮ ਆਈ ਸੀ ਏਅਰਲਿਫਟ ਅਕਸ਼ੇ ਕੁਮਾਰ ਉਹਨਾਂ ਦੇ ਨਾਲ। ਸੋ ਮਤਲਬ ਅਸੀਂ ਜਿੰਨੇ ਜਾਣੇ ਸੀ, ਜਿਸ ਜਿਸ ਬਾਰੇ ਰਾਣੇ ਨੇ ਜੋ ਜੋ ਉਸ ਟਾਈਮ ਬੋਲਿਆ, ਅੱਜ ਉਹ ਬੰਦਾ ਉਹੀ ਕੰਮ ਕਰ ਰਿਹਾ। ਸੋ ਅਸੀਂ ਜਦੋਂ ਵੀ ਮੈਂ ਅਤੇ ਰਾਣਾ ਅਸੀਂ ਇਕੱਠੇ ਮਿਲਦੇ ਹਾਂ, ਕਦੇ ਜ਼ਿਕਰ ਹੁੰਦਾ ਤਾਂ ਇਸ ਘਟਨਾ ਦਾ ਜ਼ਰੂਰ ਜ਼ਿਕਰ ਹੁੰਦਾ ਕਿ ਰਾਣਾ ਉਸ ਟਾਈਮ 'ਤੇ ਜੋ ਤੂੰ ਬੋਲਿਆ ਸੀ ਅੱਜ ਉਹ ਸੱਚ ਹੋ ਗਿਆ। ਬਿਲਕੁਲ। ਅਤੇ ਸਰ ਪਹਿਲੀ ਰਿਕਾਰਡਿੰਗ ਕਿੱਥੇ ਹੋਈ ਸੀ ਅਤੇ ਕਿਹੜੇ ਸਟਾਰ ਦੇ ਨਾਲ ਹੋਈ ਸੀਗੀ? ਜੀ ਇਹ ਵੀ ਬੜਾ ਅਜੀਬ ਇਤਫਾਕ ਹੈ, ਮੈਂ ਕਦੇ ਸੋਚਿਆ ਨਹੀਂ ਸੀ ਕਿ ਮੈਂ ਮਿਊਜ਼ਿਕ ਡਾਇਰੈਕਟਰ ਬਣੂੰਗਾ। ਮੇਰਾ ਵੈਸੇ ਹੀ ਇੱਥੇ ਲੁਧਿਆਣੇ ਇੱਕ ਸਟੂਡੀਓ ਹੈ, ਇੰਦਰਲੋਕ ਸਟੂਡੀਓ, ਪੰਜਾਬ ਦਾ ਮੇਰੇ ਖਿਆਲ ਨਾਲ ਸਭ ਤੋਂ ਪੁਰਾਣਾ ਸਟੂਡੀਓ ਹੈ, ਉੱਥੇ ਮੇਰਾ ਜਾਣਾ ਆਉਣਾ ਲੱਗਿਆ ਰਹਿੰਦਾ ਸੀ। ਬਟ ਉਹਨਾਂ ਦਿਨਾਂ 'ਚ ਮੈਂ ਇੱਥੇ ਲੁਧਿਆਣੇ ਸਕੂਲ ਹੈ KVM ਕੁੰਦਨ ਵਿੱਦਿਆ ਮੰਦਿਰ, ਉੱਥੇ ਮੈਂ ਪੜ੍ਹਾਉਂਦਾ ਹੁੰਦਾ ਸੀ ਐਜ਼ ਅ ਮਿਊਜ਼ਿਕ ਟੀਚਰ। ਅਤੇ ਬਾਈ ਚਾਂਸ ਕੀ ਹੋਇਆ ਕਿ ਰਿਕਾਰਡਿੰਗ ਕੀਤੀ ਹੋਈ ਸੀ, ਬੁਕਿੰਗ ਸੀਗੀ ਕਿਸੇ ਨਾਮਵਰ ਆਰਟਿਸਟ ਦੀ, ਅਤੇ ਜਿਹੜੇ ਮਿਊਜ਼ਿਕ ਡਾਇਰੈਕਟਰ ਸੀ ਉਹ ਰਿਕਾਰਡਿੰਗ ਬੁੱਕ ਕਰਕੇ ਆਪ ਦਿੱਲੀ ਚਲੇ ਗਏ। ਓਕੇ। ਅਤੇ ਮਿਊਜ਼ੀਸ਼ੀਅਨ ਬੈਠੇ ਸਟੂਡੀਓ 'ਚ, ਆਰਟਿਸਟ ਆ ਗਏ,
ਉਹ ਸਟੂਡੀਓ ਵਾਲੇ ਮੇਰੇ ਕੋਲ ਸਕੂਲ 'ਚ ਆਏ, ਮੈਨੂੰ ਕਹਿੰਦਾ ਯਾਰ ਇੱਦਾਂ ਦਾ ਕਰਕੇ ਆਹ ਪ੍ਰੋਬਲਮ ਹੋ ਗਈ, ਮਿਊਜ਼ਿਕ ਡਾਇਰੈਕਟਰ ਚਲਾ ਗਿਆ ਅਤੇ ਬਿਨਾਂ ਦੱਸੇ ਆਰਟਿਸਟ ਆਏ ਬੈਠੇ ਆ, ਮਿਊਜ਼ੀਸ਼ੀਅਨ ਆਏ ਬੈਠੇ ਆ, ਤੂੰ ਰਿਕਾਰਡਿੰਗ ਕਰ ਦੇਗਾ? ਮੈਂ ਕਿਹਾ ਭਾਅ ਜੀ ਮੈਂ ਕਿੱਦਾਂ ਕਰ ਦੂੰਗਾ? ਕਹਿੰਦੇ ਤੂੰ ਕਰ ਸਕਦਾ ਯਾਰ, ਤੂੰ ਅਸੀਂ ਦੇਖਿਆ ਤੂੰ ਕਰ ਦੇ ਪਲੀਜ਼। ਮੈਂ ਕਿਹਾ ਜੀ ਮੈਨੂੰ ਛੁੱਟੀ ਨਹੀਂ ਮਿਲਣੀ। ਕਹਿੰਦੇ ਟਰਾਈ ਕਰ। ਮੈਂ ਆਪਣੀ ਪ੍ਰਿੰਸੀਪਲ ਹੈੱਡ ਕੋਲ ਗਿਆ, ਮੈਂ ਕਿਹਾ ਮੈਮ ਇੱਦਾਂ ਦਾ ਕਰਕੇ ਮੇਰੀ ਲਾਈਫ 'ਚ ਇੱਕ ਟਰਨਿੰਗ ਪੁਆਇੰਟ ਆ ਰਿਹਾ, ਮੈਨੂੰ ਮੌਕਾ ਮਿਲ ਰਿਹਾ ਇੱਕ ਰਿਕਾਰਡਿੰਗ ਕਰਨ ਦਾ, ਮੈਂ ਜਾਵਾਂ ਜੇ ਤੁਸੀਂ ਮੈਨੂੰ ਅਲਾਓ ਕਰਦੇ ਹੋ। ਉਹ ਬੜੇ ਚੰਗੇ ਸੀ, ਮਿਸਿਜ਼ ਨਹਿਰਾ ਮੇਰੇ ਹਲੇ ਵੀ ਯਾਦ ਹੈ, ਬੜੇ ਚੰਗੇ ਸੀ। ਮੈਨੂੰ ਕਹਿੰਦੇ ਚੱਲ ਠੀਕ ਹੈ, ਜੇ ਤੈਨੂੰ ਲੱਗਦਾ ਕਿ ਤੇਰੀ ਲਾਈਫ ਦਾ ਟਰਨਿੰਗ ਪੁਆਇੰਟ ਹੈ ਤੂੰ ਜਾ, ਤੈਨੂੰ ਮੈਂ ਛੁੱਟੀ ਸੈਂਕਸ਼ਨ ਕਰਦੀ ਹਾਂ। ਲਓ ਜੀ ਮੈਂ ਆ ਗਿਆ ਸਟੂਡੀਓ। ਜਦੋਂ ਮੈਂ ਆਇਆ ਸਟੂਡੀਓ ਤਾਂ ਸਾਹਮਣੇ ਦੇਖਿਆ ਮੇਰੇ ਸਾਹਮਣੇ ਨਰਿੰਦਰ ਬੀਬਾ ਜੀ ਬੈਠੇ ਸੀ, ਅਤੇ ਮੈਂ ਇੱਕ ਵਾਰੀ ਤਾਂ ਘਬਰਾ ਗਿਆ ਕਿ ਉਸ ਟਾਈਮ ਐਡਾ ਬੜਾ ਨਾਂ ਨਰਿੰਦਰ ਬੀਬਾ ਜੀ, ਅਤੇ ਉਹ ਮੈਨੂੰ ਕਹਿੰਦੇ ਆ ਜਾ ਪੁੱਤ ਕੋਈ ਗੱਲ ਨਹੀਂ ਚੱਲ ਆਪਾਂ ਰਿਕਾਰਡਿੰਗ ਸ਼ੁਰੂ ਕਰੀਏ। ਮੈਂ ਰਿਕਾਰਡਿੰਗ ਸ਼ੁਰੂ ਕੀਤੀ ਜੀ, ਚਲੋ ਸ਼ਾਮ ਤੱਕ ਬਹੁਤ ਅੱਛਾ ਸਾਡਾ ਰਿਸਪੋਂਸ ਰਿਹਾ ਔਰ ਬੜੀ ਵਧੀਆ ਰਿਕਾਰਡਿੰਗ ਹੋਈ ਸੀ। ਅਤੇ ਜਾਂਦੇ ਹੋਏ ਮੈਨੂੰ ਆਸ਼ੀਰਵਾਦ ਵੀ ਦੇ ਕੇ ਗਏ, ਮੈਨੂੰ ਕਹਿ ਕੇ ਗਏ ਕਿ ਮੈਨੂੰ ਬਹੁਤ ਮਜ਼ਾ ਆਇਆ ਤੇਰੇ ਨਾਲ ਰਿਕਾਰਡਿੰਗ ਕਰਕੇ, ਤੇਰੇ ਨਾਲ ਕੰਮ ਕਰਕੇ, ਔਰ ਮੈਂ ਚਾਹੂੰਗੀ ਕਿ ਆਪਾਂ ਦੁਬਾਰਾ ਵੀ ਇਕੱਠੇ ਕੰਮ ਕਰੀਏ। ਬਿਲਕੁਲ, ਉਹ ਮੇਰੇ ਲਈ ਕਹਿ ਸਕਦੇ ਇੱਕ ਮਿਊਜ਼ਿਕ ਡਾਇਰੈਕਟਰ ਤੇਜਵੰਤ ਕਿੱਟੂ ਦੀ ਸ਼ੁਰੂਆਤ ਸੀ ਉਹ। ਓਕੇ ਸਰ, ਅਤੇ ਸਰ ਜਦੋਂ ਤੁਸੀਂ ਰਿਕਾਰਡਿੰਗ ਕਰਨ ਜਾਂਦੇ ਸੀਗੇ ਚੰਡੀਗੜ੍ਹ ਹੋ ਗਿਆ, ਦਿੱਲੀ ਹੋ ਗਿਆ, ਉਦੋਂ ਜੇਬ ਇਜਾਜ਼ਤ ਨਹੀਂ ਦਿੰਦੇ ਸੀਗੇ ਕਿ ਪੈਸਿਆਂ ਦੀ ਕਮੀ ਸੀਗੀ, ਅਤੇ ਉਹ ਉਸ ਟਾਈਮ ਤੁਹਾਨੂੰ ਕਿਵੇਂ ਲੱਗਦਾ ਸੀਗਾ? ਦੇਖੋ ਜੀ ਹਰ ਦੌਰ ਹੁੰਦਾ ਤੁਹਾਡੀ ਲਾਈਫ ਦੇ ਵਿੱਚ ਜਿਹਨੂੰ ਤੁਸੀਂ ਇੰਜੋਏ ਕਰਦੇ ਹੋ, ਤੁਸੀਂ ਜਿਸ ਤਰ੍ਹਾਂ ਦੇ ਤੁਹਾਡੇ ਸਾਧਨ ਹੁੰਦੇ ਨੇ ਤੁਸੀਂ ਆਪਣੇ ਆਪ ਨੂੰ ਉਸ ਤਰ੍ਹਾਂ ਦਾ ਢਾਲ ਲੈਂਦੇ ਹੋ। ਬਿਲਕੁਲ, ਜਦੋਂ ਦਿੱਲੀ ਬੰਬੇ ਜਾਣਾ ਹੁੰਦਾ ਸੀਗਾ ਉਸ ਟਾਈਮ 'ਤੇ ਬੱਸਾਂ 'ਚ ਹੀ ਟਰੈਵਲ ਕਰੀਦਾ ਸੀ ਜਾਂ ਟ੍ਰੇਨ 'ਚ ਟਰੈਵਲ ਕਰਦੇ ਸੀ, ਅਤੇ ਬੰਬੇ ਮੇਰੇ ਹਲੇ ਵੀ ਯਾਦ ਹੈ, ਬੰਬੇ ਜਦੋਂ ਪਹਿਲੀਆਂ ਰਿਕਾਰਡਿੰਗਸ ਕੀਤੀਆਂ ਨੇ ਸੀ, ਅਸੀਂ ਲੁਧਿਆਣੇ ਤੋਂ ਵਾਇਆ ਟ੍ਰੇਨ ਜਾਂਦੇ ਸੀ, ਇੱਥੋਂ ਚੱਲਦੀ ਸੀ ਟ੍ਰੇਨ ਸਿੱਧੀ ਬੰਬੇ, ਮਤਲਬ 24 ਆਵਰ ਜਾਂ 28 ਆਵਰਸ ਦੀ ਟਰੈਵਲਿੰਗ ਹੁੰਦੀ ਸੀ, ਉਹ ਵੀ ਇੱਕ ਦੌਰ ਸੀ। ਫਿਰ ਐਸਾ ਦੌਰ ਵੀ ਆਇਆ ਕਿ ਜਦੋਂ ਅਸੀਂ ਬਾਈ ਏਅਰ ਜਾਣਾ ਸ਼ੁਰੂ ਕੀਤਾ ਅਤੇ ਦਿੱਲੀ ਤੋਂ ਜਾਂਦੇ ਹੁੰਦੇ ਸੀਗੇ, ਹੁਣ ਐਸਾ ਦੌਰ ਵੀ ਆਇਆ ਕਿ ਅਸੀਂ ਸਵੇਰੇ ਚੰਡੀਗੜ੍ਹੋਂ ਫਲਾਈਟ ਫੜੀ, ਬੰਬੇ ਰਿਕਾਰਡਿੰਗ ਕੀਤੀ, ਰਿਕਾਰਡਿੰਗ ਕਰਕੇ ਸ਼ਾਮ ਨੂੰ ਫਲਾਈਟ ਫੜ ਕੇ ਵਾਪਸ ਚੰਡੀਗੜ੍ਹ ਆ ਕੇ ਸਿੰਗਰ ਦੀ ਡਬਿੰਗ ਕੀਤੀ। ਸੋ ਵਕਤ ਦੇ ਨਾਲ ਨਾਲ ਤੁਹਾਨੂੰ ਆਪਣੇ ਆਪ ਨੂੰ ਬਦਲਣਾ ਪੈਂਦਾ। ਬਿਲਕੁਲ, ਉਸ ਟਾਈਮ ਆਪਣਾ ਇੱਕ ਦੌਰ ਸੀ ਕਿ ਜਿੰਨੇ ਕੁ ਹਾਲਾਤ ਇਜਾਜ਼ਤ ਦਿੰਦੇ ਸੀ ਉਸ ਤਾਂ ਉਸ ਤਰੀਕੇ ਨਾਲ ਆਪਣੇ ਆਪ ਨੂੰ ਢਾਲ ਲਈਦਾ ਸੀ, ਅਤੇ ਹੁਣ ਰੱਬ ਦੀ ਰੰਗ ਦੇਖ ਰਹੇ ਹਾਂ ਰੱਬ ਦੇ ਕਿ ਕਿਸ ਤਰ੍ਹਾਂ ਦਾ ਹੈ, ਬਸ ਚੱਲੀ ਜਾ ਰਹੇ ਹਾਂ ਅਸੀਂ। ਓਕੇ ਸਰ, ਜਿੱਦਾਂ ਤੁਹਾਡੀ ਅਕੈਡਮੀ ਦੇ ਜਿਹੜੇ ਹੈਗੇ ਬੱਚੇ ਆ ਉਹ ਵੀ ਕਾਫੀ ਹਿੱਟ ਹੋ ਰਹੇ ਨੇ, ਮੈਂ ਇੱਦਾਂ ਕਹਿਣਾ ਚਾਹੂੰਗੀ ਇੱਥੇ ਕਿ ਜਿਹੜਾ ਜਿਹੜਾ ਤੁਹਾਡੇ ਨਾਲ ਜੁੜਦਾ ਜਾਂਦਾ ਆ ਉਹ ਉਸ ਮੁਕਾਮ 'ਤੇ ਪਹੁੰਚਦਾ ਜਾਂਦਾ ਹੈ, ਅਤੇ ਤੁਹਾਡੇ ਅਕਸਰ ਇੱਦਾਂ ਹੁੰਦਾ ਕਿ ਸਿੰਗਰ ਦਾ ਗਾਣਾ ਆਉਂਦਾ ਆ ਫਿਰ ਹਿੱਟ ਹੁੰਦਾ, ਅਤੇ ਤੁਹਾਡੇ ਬੱਚੇ ਪਹਿਲਾਂ ਹੀ ਹਿੱਟ ਹੋ ਜਾਂਦੇ ਆ ਫਿਰ ਟਰੈਕ ਆਉਂਦਾ? ਜੀ ਮੈਂ ਸਮਝਦਾ ਇਹ ਸਭ ਵਾਹਿਗੁਰੂ ਦੀ ਕਿਰਪਾ, ਮੈਂ ਨਹੀਂ ਸਮਝਦਾ ਕਿ ਮੈਂ ਕੁਛ ਕਰਦਾ ਜਾਂ ਮੇਰੇ 'ਚ ਇੰਨੀ ਕੋਈ ਕੈਪੇਬਿਲਿਟੀ ਹੈਗੀ ਹੈ। ਇੱਥੇ ਮੈਂ ਨਾ ਇੱਕ ਗੱਲ ਕਹਿਣੀ ਚਾਹੂੰਗਾ ਕਿ ਪਰਮਾਤਮਾ ਦਾ ਸ਼ੁਕਰਾਨਾ ਕਰਨ ਲਈ ਮੇਰੇ ਕੋਲ ਸੱਚੀ ਲਫਜ਼ਾਂ ਦੀ ਘਾਟ ਹੈ ਕਿ ਇਤਨਾ ਦੀਆ ਮੇਰੇ ਮੌਲਾ ਨੇ ਜਿਤਨੀ ਮੇਰੀ ਔਕਾਤ ਨਹੀਂ, ਇਤਨਾ ਦੀਆ ਮੇਰੇ ਮੌਲਾ ਨੇ ਜਿਤਨੀ ਮੇਰੀ ਔਕਾਤ ਨਹੀਂ, ਇਹ ਕਰਮ ਹੈ ਸਭ ਉਸੀ ਕਾ, ਮੁਝਮੇ ਤੋਂ ਐਸੀ ਕੋਈ ਬਾਤ ਨਹੀਂ। ਮਤਲਬ ਮੇਰੇ 'ਚ ਮੈਂ ਨਹੀਂ ਸਮਝਦਾ ਕੋਈ ਇੱਦਾਂ ਦੀ ਗੱਲ ਹੈ, ਪਰ ਪਰਮਾਤਮਾ ਨੇ ਇੱਕ ਜ਼ਰੀਆ ਬਣਾਇਆ। ਸੋ ਮੈਂ ਕੋਸ਼ਿਸ਼ ਕਰਦਾ ਕਿ ਜਿਹੜਾ ਸੰਘਰਸ਼, ਜੋ ਸਟਰਗਲ ਜਾਂ ਜੋ ਦੁੱਖ ਤਕਲੀਫਾਂ ਅਸੀਂ ਦੇਖੀਆਂ ਨੇ ਉਹ ਸਾਡੇ ਬੱਚੇ ਨਾ ਦੇਖਣ ਜਾਂ ਜਿਹੜੇ ਮੇਰੇ ਤੋਂ ਸਿੱਖਦੇ ਆ, ਕਿਉਂਕਿ ਮੇਰੇ ਯਾਦ ਹੈ ਮੇਰੇ ਗੁਰੂ ਜੀ ਉਸਤਾਦ ਬੀ ਐੱਸ ਨਾਰੰਗ ਸਾਹਿਬ ਜਲੰਧਰ ਰਹਿੰਦੇ ਨੇ, ਮੈਂ ਜਦੋਂ ਉਹਨਾਂ ਕੋਲ ਸਿੱਖਣ ਜਾਂਦਾ ਸੀ ਉਹਨਾਂ ਨੇ ਦੇਖਿਆ ਕਿ ਮੇਰੇ ਹਾਲਾਤ ਇਸ ਤਰ੍ਹਾਂ ਦੇ ਹੈ ਨਹੀਂ ਗੇ ਕਿ ਮੈਂ ਕੁਛ ਵੀ ਮਤਲਬ ਜ਼ਿਆਦਾ ਖਰਚੇ ਕਰ ਸਕਾਂ, ਕਿਉਂਕਿ ਮੇਰੇ ਫਾਦਰ ਸਾਹਿਬ ਨੇ ਖਰਚਾ ਬੰਦ ਕਰਤਾ ਸੀ ਕਿ ਮਿਊਜ਼ਿਕ ਵਾਸਤੇ ਮੇਰੇ ਕੋਲ ਹੈ ਨਹੀਂ ਹੋਏ ਤੇਰੇ ਵਾਸਤੇ ਪੈਸੇ। ਉਹਨਾਂ ਨੇ ਜਦੋਂ ਦੇਖਿਆ ਉਹਨਾਂ ਨੇ ਨਾ ਕਿਹਾ ਕੁਛ ਨਹੀਂ, ਪਰ ਉਹਨਾਂ ਨੇ ਤਰੀਕੇ ਨਾਲ ਮੈਨੂੰ ਕਿਹਾ ਉਹ ਬੇਟੇ ਤੂੰ ਇੱਦਾਂ ਕਰਿਆ ਕਰ, ਤੂੰ ਨਾ ਇੱਥੇ ਮੇਰੇ ਕੋਲ ਰਿਹਾ ਘਰ, ਮੇਰੇ ਕੋਲ ਰਹਿਣਾ ਸ਼ੁਰੂ ਕਰ ਦੇ, ਇੱਥੇ ਮੇਰੇ ਕੋਲ ਰਹੇਗਾ ਅਤੇ ਹਰ ਵੇਲੇ ਮਿਊਜ਼ਿਕ 'ਚ ਹੀ ਰਹੇਗਾ ਤੂੰ। ਹੁਣ ਉਹ ਇੱਕ ਬਹਾਨਾ ਸੀ ਉਹਨਾਂ ਦਾ ਮੈਨੂੰ ਆਪਣੇ ਕੋਲ ਰੱਖਣ ਦਾ, ਤਾਂ ਕਿ ਇਹ ਬੱਚਾ ਇੱਥੇ ਰਹਿ ਕੇ ਸਹੀ ਤਰੀਕੇ ਨਾਲ ਖਾਵੇ ਪੀਵੇ ਅਤੇ ਸਿੱਖੇ ਵੀ। ਸੋ ਉਹੀ ਜਿਹੜੀ ਚੀਜ਼ ਹੈ ਇੱਕ ਗੁਰੂ ਦੀ ਜਿਹੜੀ ਇੱਕ ਸੰਸਕਾਰ ਦਿੱਤੇ ਹੋਏ ਆ ਉਹੀ ਅੱਗੇ ਕੰਮ ਆ ਰਿਹਾ ਸਾਡੇ। ਮੈਂ ਵੀ ਇਹੀ ਸੋਚਦਾ ਕਿ ਜਿਹੜੇ ਸਾਡੇ ਬੱਚੇ ਨੇ ਜਿਹੜੇ ਸਿੱਖਦੇ ਨੇ ਮੇਰੇ ਕੋਲੋਂ, ਮੈਂ ਉਹਨਾਂ ਦੀ ਜਿਸ ਤਰੀਕੇ ਨਾਲ ਵੀ ਹੈਲਪ ਕਰ ਸਕਦਾ, ਚਾਹੇ ਉਹ ਸੰਗੀਤ ਦੇ ਰਾਹੀਂ ਹੈ, ਚਾਹੇ ਉਹਨਾਂ ਦੀ ਕੋਈ ਫਾਈਨੈਂਸ਼ੀਅਲ ਹੈਲਪ ਕਰ ਸਕਦਾ, ਤਾਂ ਮੈਂ
ਕਦੇ ਵੀ ਇੱਦਾਂ ਆਪਣੇ ਆਪ ਨੂੰ ਝਿਜਕਿਆ ਨਹੀਂ ਕਿ ਮੈਂ ਇਹਨਾਂ ਦੀ ਹੈਲਪ ਨਹੀਂ ਕਰਨੀ, ਕਿਉਂਕਿ ਮੈਨੂੰ ਮੇਰੇ ਗੁਰੂ ਜੀ ਨੇ ਇਹੀ ਸਿਖਾਇਆ ਕਿ ਤੁਸੀਂ ਇਹਨਾਂ ਦੀ ਮਦਦ ਕਰੋ। ਸੋ ਉਹੀ ਅੱਜ ਚੱਲੀ ਜਾ ਰਿਹਾ ਜੀ। ਅਤੇ ਸਰ, ਤੁਸੀਂ ਅਕੈਡਮੀ ਦੇ ਵਿੱਚ ਜਿਹੜਾ ਹੈਗਾ ਬੱਚਿਆਂ ਨੂੰ ਸਿਖਾਉਂਦੇ ਹੋ, ਉਹ ਤੋਂ ਬਾਅਦ ਸੋਸ਼ਲ ਮੀਡੀਆ 'ਤੇ ਪਾਉਂਦੇ ਹੋ, ਹੈ ਨਾ ਜੀ, ਅਤੇ ਇੱਕ ਮਨਪ੍ਰੀਤ ਹੰਸ, ਹੈ ਨਾ ਜੀ, ਮੈਂ ਉਹਨਾਂ ਦਾ ਟਰੈਕ ਬਹੁਤ ਵਾਰੀ ਸੁਣਿਆ, ਉਹਨਾਂ ਨੇ ਗੜਵਾ ਸੌਂਗ ਆਇਆ ਸੀਗਾ ਮੈਨੂੰ ਸਪੈਸ਼ਲੀ। ਕਿਵੇਂ ਦਾ ਮਹਿਸੂਸ ਕਰਦੇ ਹੋ ਜਦੋਂ ਬੱਚੇ ਜਿਹੜੇ ਆ ਇਸ ਲੈਵਲ ਤੱਕ ਲੋਕਾਂ ਦੁਆਰਾ ਪਸੰਦ ਕੀਤਾ ਜਾਂਦਾ ਆ, ਰਿਸਪੋਂਸ ਵਧੀਆ ਮਿਲਦਾ ਆ ਆਡੀਅੰਸ ਤੋਂ? ਦੇਖੋ, ਜਦੋਂ ਤੁਹਾਡੀ ਕੋਸ਼ਿਸ਼ ਨੂੰ ਕਾਮਯਾਬੀ ਮਿਲਦੀ ਹੈ, ਤੁਹਾਡੀ ਕੋਸ਼ਿਸ਼ ਨੂੰ ਲੋਕਾਂ ਦਾ ਪਿਆਰ ਮਿਲਦਾ, ਤਾਂ ਓਬਵੀਅਸ ਹੈ ਕਿ ਤੁਸੀਂ ਖੁਸ਼ ਹੁੰਦੇ ਹੋ। ਇਸੇ ਤਰ੍ਹਾਂ ਮੈਨੂੰ ਵੀ ਖੁਸ਼ੀ ਹੁੰਦੀ ਹੈ। ਮਨਪ੍ਰੀਤ ਹੰਸ, ਇੱਕ ਆਵਾਜ਼ ਅੱਛੀ ਸੀ, ਮਨਪ੍ਰੀਤ ਹੰਸ ਨੂੰ ਕਿਸੇ ਕੰਪਨੀ ਨੇ ਕੁਛ ਗੱਲ ਇੱਦਾਂ ਦੀ ਕਹੀ ਸੀ ਕਿ ਉਹਦਾ ਦਿਲ ਟੁੱਟ ਗਿਆ ਸੀ ਕਿ ਨਹੀਂ ਮੈਂ ਕਾਮਯਾਬ ਨਹੀਂ ਹੋ ਸਕਦੀ, ਇੱਕ ਤਰ੍ਹਾਂ ਦਾ ਨੈਗੇਟਿਵਿਟੀ ਆ ਗਈ ਸੀ ਉਹਦੇ 'ਚ। ਅਤੇ ਮੈਂ ਮਨਪ੍ਰੀਤ ਨੂੰ ਇਹ ਕਿਹਾ ਸੀ, ਮੈਂ ਕਿਹਾ ਪੁੱਤਰ ਇਹ ਚੈਲੇਂਜ ਆ ਮੇਰਾ, ਲੈ ਆਪਾਂ ਕੁਛ ਨਾ ਕੁਛ ਇੱਦਾਂ ਦਾ ਕਰਾਂਗੇ, ਰੱਬ ਦੀ ਕਿਰਪਾ ਰਹੀ ਅਤੇ ਲੋਕ ਪੁੱਛਣਗੇ ਵੀ ਮਨਪ੍ਰੀਤ ਹੰਸ ਕੌਣ ਹੈ। ਉਹ ਐਸੀ ਕਿਰਪਾ ਹੋਈ ਜੀ। ਮੈਂ, ਮੇਰੇ ਕੋਲ ਇੱਕ ਟਰੈਕ ਪਿਆ ਸੀ, ਅਸੀਂ ਗਾਣਾ ਕੀਤਾ ਸੀ ਗੜਵਾ ਚਾਂਦੀ ਦਾ, ਬਹੁਤ ਮਸ਼ਹੂਰ ਪੰਜਾਬ ਦਾ ਗੀਤ ਹੈ ਜੀ, ਜੇ ਮੁੰਡਿਆ ਮੇਰੀ ਤੋਰ ਤੂੰ ਵੇਖਣੀ ਗੜਵਾ ਲੈ ਦੇ ਚਾਂਦੀ ਦਾ, ਅਤੇ ਇਹ ਇੰਦਰਜੀਤ ਹਸਨਪੁਰੀ ਉਹਨਾਂ ਦਾ ਲਿਖਿਆ ਹੋਇਆ ਗੀਤ, ਅਤੇ ਮੈਂ ਉਹ ਜੀ ਗੀਤ ਇੱਦਾਂ ਟਰੈਕ ਬਣਾਇਆ, ਉਸ ਤੋਂ ਬਾਅਦ ਲਾਈਵ ਗਵਾਇਆ। ਕਿਉਂਕਿ ਸਾਡੀ ਇਹ ਹੈ ਕਿ ਅਸੀਂ ਮਿਊਜ਼ਿਕ ਭਾਵੇਂ ਟਰੈਕ ਚਲਾ ਦਈਏ, ਪਰ ਬੱਚਿਆਂ ਨੂੰ ਟ੍ਰੇਨਿੰਗ ਜਦੋਂ ਦਿੰਦੇ ਹਾਂ, ਉਹਨਾਂ ਨੂੰ ਸਟੇਜ ਦਾ ਐਕਸਪੀਰੀਅੰਸ ਦੇਣਾ, ਮਾਈਕ ਇੱਥੇ ਲਾ ਕੇ ਅਤੇ ਕਿਸ ਤਰ੍ਹਾਂ ਗਾਉਣਾ, ਉਹ ਅਸੀਂ ਉਹਦੀ ਵੀਡੀਓ ਬਣਾ ਕੇ ਨਾ ਆਪਣੇ ਸੋਸ਼ਲ ਮੀਡੀਆ 'ਤੇ ਅਪਲੋਡ ਕਰਤੀ। ਉਹ ਤਾਂ ਜੀ ਕੁਛ ਕੁ ਘੰਟਿਆਂ ਦੇ ਵਿੱਚ ਹੀ ਐਸਾ ਰਿਸਪੋਂਸ ਆਉਣਾ ਸ਼ੁਰੂ ਹੋ ਗਿਆ, ਮਨਪ੍ਰੀਤ ਹੰਸ ਸਟਾਰ ਬਣ ਗਈ ਇੱਕ। ਬਿਲਕੁਲ। ਸੋ ਮਨਪ੍ਰੀਤ ਹੰਸ ਔਰ ਨਵਜੋਤ ਸਿੱਧੂ, ਇਹ ਦੋਨਾਂ ਨੇ ਗਾਇਆ ਸੀ ਗੀਤ ਉਹ। ਅਤੇ ਸੋ ਇਹ ਚੱਕਰ ਹੈ ਕਿ ਆਹੀ ਕੋਸ਼ਿਸ਼ ਰਹਿੰਦੀ ਹੈ ਮੇਰੀ ਕਿ ਜਿਹੜੇ ਟੈਲੈਂਟਡ ਬੱਚੇ ਨੇ, ਜਿਨ੍ਹਾਂ ਦੇ ਕੋਲ ਕੁਛ ਹੈਗਾ, ਜਿਹੜੇ ਡਿਜ਼ਰਵ ਕਰਦੇ ਨੇ, ਉਹਨਾਂ ਨੂੰ ਰਿਕਾਰਡ ਕਰਕੇ ਇੱਦਾਂ ਟ੍ਰੇਨਿੰਗ ਦੇ ਕੇ ਸੋਸ਼ਲ ਮੀਡੀਆ 'ਤੇ ਅਪਲੋਡ ਕਰਾਂ। ਇਹ ਇੱਕ ਤਰ੍ਹਾਂ ਦਾ ਪਲੇਟਫਾਰਮ ਆ ਉਹਨਾਂ ਬੱਚਿਆਂ ਵਾਸਤੇ ਕਿ ਜਿਹੜੇ ਮੇਰੇ ਨਾਲ ਜੁੜੇ ਹੋਏ ਨੇ ਲੋਕ ਦੁਨੀਆ ਭਰ ਤੋਂ, ਉਹ ਸੁਣਨ ਔਰ ਸੁਣ ਕੇ ਐਪਰੀਸ਼ੀਏਟ ਕਰਨ, ਜਾਂ ਜੇ ਕੋਈ ਪ੍ਰੋਬਲਮ ਹੁੰਦੀ ਹੈ ਉਹ ਸਾਡੇ ਨਾਲ ਸ਼ੇਅਰ ਕਰਨ ਕਿ ਇਹਦੇ 'ਚ ਆਹ ਪ੍ਰੋਬਲਮ ਹੈ, ਇੱਦਾਂ ਹੈ, ਤਾਂ ਕਿ ਬੱਚਿਆਂ ਨੂੰ ਸਹੀ ਤਰੀਕੇ ਨਾਲ ਟ੍ਰੇਨਿੰਗ ਦੇ ਸਕੀਏ। ਬਸ ਆਹ ਮਕਸਦ ਹੈ ਸਾਡਾ। ਬਿਲਕੁਲ ਸਰ। ਸਰ, ਇੱਕ ਤੁਹਾਡਾ ਅੰਦਾਜ਼ ਜਿਹੜਾ ਬਹੁਤ ਬੇਬਾਕ ਹੈ, ਤੁਸੀਂ ਹਮੇਸ਼ਾ ਕੋਈ ਵੀ ਮੁੱਦਾ ਹੁੰਦਾ ਖੁੱਲ੍ਹ ਕੇ ਬੋਲਦੇ ਹੋ, ਚਾਹੇ ਹਥਿਆਰਾਂ ਦੀ ਗੱਲ ਹੋਵੇ, ਗਾਣਿਆਂ ਦੀ ਹੋਵੇ, ਚਾਹੇ ਜਿੱਦਾਂ ਦੀ, ਪਰ ਆਪਾਂ ਸਾਰੇ ਨਹੀਂ ਕਹਿੰਦੇ, ਪਰ ਕੁਝ ਗੀਤ ਜਿਹੜੇ ਆ ਉਹ ਅਜਿਹੇ ਨੇ ਕਿ ਜਿਹੜੇ ਜਿਹਦੇ ਵਿੱਚ ਜਿੱਦਾਂ ਹਥਿਆਰਾਂ ਦੀ ਗੱਲ ਹੋ ਜਾਂਦੀ ਹੈ ਨਾ, ਵੀ ਯੂਥ ਨੂੰ ਜਿਹੜਾ ਹੈਗਾ ਗਲਤ ਸਾਈਡ 'ਤੇ ਲੈ ਕੇ ਜਾਂਦੇ ਆ, ਅਤੇ ਉਹਦੇ ਬਾਰੇ ਤੁਹਾਡਾ ਕੀ ਕਹਿਣਾ? ਦੇਖੋ ਜੀ, ਉਹਦੇ ਲਈ ਬੜੀਆਂ ਬੜੀਆਂ ਗੱਲਾਂ ਹੁੰਦੀਆਂ ਹੋਣਗੀਆਂ, ਪਰ ਮੈਂ ਜੋ ਨਿੱਜੀ ਤੌਰ 'ਤੇ ਜੋ ਮੈਂ ਮਹਿਸੂਸ ਕਰਦਾ ਕਿ ਇਹ ਕੋਈ ਬਹੁਤੀ ਵੱਡੀ ਦਲੇਰੀ ਨਹੀਂ ਹੈਗੀ। ਤੁਸੀਂ ਗਾਣਿਆਂ ਦੇ ਵਿੱਚ ਹਥਿਆਰਾਂ ਦੀਆਂ ਗੱਲਾਂ ਕਰਦੇ ਹੋ, ਐਂ ਕਰ ਦਿਆਂਗੇ, ਉਹ ਕਰ ਦਿਆਂਗੇ ਅਤੇ ਚੱਕ ਦਿਆਂਗੇ, ਇਹ ਗੱਲਾਂ ਤੁਹਾਨੂੰ ਸ਼ੋਭਾ ਨਹੀਂ ਦਿੰਦੀਆਂ ਕਲਾਕਾਰਾਂ ਨੂੰ, ਕਿਉਂਕਿ ਤੁਸੀਂ ਲੋਕ ਸਮਾਜ ਦਾ ਇੱਕ ਆਈਨਾ ਹੁੰਦੇ ਹੋ, ਰੋਲ ਮਾਡਲ ਹੋ ਤੁਸੀਂ। ਜਿਹੜੇ ਸਾਡੇ ਸਿੰਗਰ ਨੇ, ਜਿਹੜੇ ਗੀਤਕਾਰ ਵੀ ਨੇ, ਇਹ ਰੋਲ ਮਾਡਲ ਹੁੰਦੇ ਨੇ ਸਾਡੇ ਯੂਥ ਦੇ। ਹੁਣ ਯੂਥ ਉਹਨਾਂ ਨੂੰ ਜਿਸ ਤਰ੍ਹਾਂ ਦਾ ਦੇਖਦਾ ਉਸ ਤਰ੍ਹਾਂ ਦਾ ਹੀ ਫੋਲੋ ਕਰਦਾ। ਔਰ ਮੈਂ ਇੱਕ ਗੱਲ ਦਾਅਵੇ ਨਾਲ ਕਹਿ ਦਿੰਦਾ, ਜਿਹੜੇ ਵੱਡੀਆਂ ਵੱਡੀਆਂ ਗੱਲਾਂ ਵੀਡੀਓ ਦੇ ਵਿੱਚ ਚੱਕੀ ਫਿਰਦੇ ਨੇ ਨਾ, ਉਹ ਜੇ ਆਪਾਂ ਵੈਸੇ ਅਸਲ 'ਚ ਗੰਨ ਉਹਨਾਂ ਦੇ ਮੋਢੇ 'ਤੇ ਰੱਖ ਦਈਏ, ਮੇਰਾ ਖਿਆਲ ਗੰਨ ਦੇ ਭਾਰ ਨਾਲ ਹੀ ਥੱਲੇ ਬਹਿ ਜਾਣਗੇ। ਇਹਨਾਂ 'ਚ ਇੰਨਾ ਦਮ ਨਹੀਂ ਹੁੰਦਾ ਕਿ ਗੋਲੀ ਦਾ ਖੜਾਕ ਸੁਣ ਸਕਣ। ਫਿਰ ਕਿਉਂ ਇੱਦਾਂ ਦੀਆਂ ਗੱਲਾਂ ਕਰਦੇ ਨੇ? ਮੇਰੀ ਤਾਂ ਸਮਝ ਤੋਂ ਬਾਹਰ ਹੈ ਕਿ ਇਹਨਾਂ ਨੂੰ ਕੋਈ ਚੰਗਾ ਪੋਜ਼ਿਟਿਵ ਮੈਸੇਜ ਦੇਣਾ ਚਾਹੀਦਾ ਸਾਡੇ ਯੂਥ ਨੂੰ, ਬਲਕਿ ਆਹ ਹਥਿਆਰਾਂ ਹਥਿਊਰਿਆਂ ਦੀਆਂ ਗੱਲਾਂ ਕਰਕੇ ਸਾਡੇ ਯੂਥ ਨੂੰ ਖਰਾਬ ਨਹੀਂ ਕਰਨਾ ਚਾਹੀਦਾ। ਮੈਂ ਤਾਂ ਫਿਰ ਤੁਹਾਨੂੰ ਭਰਾਓ ਹੱਥ ਬੰਨ ਕੇ ਬੇਨਤੀ ਕਰਦਾ, ਇੱਦਾਂ ਦੇ ਗੀਤ ਨਾ ਗਾਇਆ ਕਰੋ ਯਾਰ, ਜਿਹੜੇ ਸਾਡੇ ਬੱਚਿਆਂ ਨੂੰ, ਸਾਡੇ ਜਵਾਕਾਂ ਨੂੰ, ਸਾਡੇ ਯੂਥ ਨੂੰ ਪੁੱਠੇ ਪਾਸੇ ਨੂੰ ਤੋਰਦੇ ਆ। ਬਿਲਕੁਲ ਸਰ ਜੀ। ਸਰ, ਇੱਕ ਅੱਜ ਕੱਲ੍ਹ ਮਿਊਜ਼ਿਕ ਜਿਹੜਾ ਚੋਰੀ ਕਰਨ ਦਾ, ਮੈਂ ਟ੍ਰੈਂਡ ਹੀ ਕਹੂੰਗੀ ਕਿ ਬਹੁਤ ਟ੍ਰੈਂਡ ਆ, ਅਤੇ ਇੱਕ ਤੁਹਾਡੇ ਵੀ ਗੀਤ ਦਾ ਮਿਊਜ਼ਿਕ UK ਦੀ ਕਿਸੇ ਕੰਪਨੀ ਨੇ, ਹੈ ਨਾ, ਕੀਤਾ ਸੀਗਾ ਕਿਸੇ ਗਾਣੇ ਦੇ ਵਿੱਚ, ਅਤੇ ਤੁਸੀਂ ਉਸ ਚੀਜ਼ ਨੂੰ ਕਿਵੇਂ ਲੈ ਕੇ ਚੱਲਦੇ ਹੋ, ਨੈਗੇਟਿਵ ਜਾਂ ਫਿਰ ਪੋਜ਼ਿਟਿਵ? ਜੀ, ਮੈਨੂੰ ਤਾਂ ਬੜੀ ਖੁਸ਼ੀ ਹੋਈ, ਸਿੱਧੀ ਜੀ ਗੱਲ ਆ, ਮੇਰੇ ਯਾਦ ਹੈ ਗਾਣਾ ਕੀਤਾ ਸੀ ਮੈਂ, ਬਲਕਾਰ ਸਿੱਧੂ ਉਹਨਾਂ ਦਾ ਗਾਣਾ ਸੀਗਾ, ਨਾਲੇ ਬਾਹਰੇ ਭਿੱਜ ਗਏ ਚਰਖੇ ਭਿੱਜ ਗਈਆਂ ਨਨਾਨੇ ਪੂਣੀਆਂ, ਉਹ ਸਾਡਾ ਹੀ ਇੱਕ ਮਿੱਤਰ ਹੈ ਜੀ ਅੰਮ੍ਰਿਤ ਸਾਹਿਬ, ਉਹਨਾਂ ਨੇ ਇੱਕ ਗਾਣਾ ਕੀਤਾ ਸੀ ਜਦੋਂ ਲਾ ਲੈਂਦੇ ਸੂਟਾਂ ਕੰਮ ਕਰਦੇ ਪੁੱਠਾ, ਸਮਥਿੰਗ ਇੱਦਾਂ ਦੀ ਕੋਈ ਵਰਡਿੰਗ ਸੀਗੀ। ਉਹ ਹੁਣ ਕੀ ਕੀਤਾ ਉਹਨਾਂ ਨੇ, ਮੇਰਾ ਮਿਊਜ਼ਿਕ ਦਾ ਪਾਰਟ ਕੱਟ ਕੇ ਨਾ ਉਹਨਾਂ ਨੇ ਐਜ਼ ਇਟ ਇਜ਼ ਉੱਥੇ ਲਾ ਲਿਆ। ਉਹ ਮੈਂ ਬਾਈ ਚਾਂਸ TV 'ਤੇ ਦੇਖ ਰਿਹਾ ਸੀ ਜਦੋਂ ਗਾਣਾ ਚੱਲ ਰਿਹਾ, ਮੈਂ ਕਿਹਾ ਯਾਰ ਇਹ ਤਾਂ ਮਿਊਜ਼ਿਕ ਮੇਰਾ ਲੱਗਦਾ, ਮੇਰਾ ਜੋ ਮੈਂ ਕੀਤਾ ਹੋਇਆ। ਅੱਛਾ, ਸਾਰਾ ਮਿਊਜ਼ਿਕ ਹੋਈ, ਮੈਂ ਗਾਣਾ ਦੁਬਾਰਾ ਫਿਰ ਸੁਣਿਆ, ਮੈਨੂੰ ਖੁਸ਼ੀ ਤਾਂ ਹੋਈ ਵੀ ਚਲੋ
ਕਾਪੀ ਕੀਤਾ ਇਹਦਾ ਮਤਲਬ ਪਾਪੂਲਰ ਹੈ ਪਰ ਇੰਨਾ ਕੁ ਦੁੱਖ ਜ਼ਰੂਰ ਹੋਇਆ ਕਿ ਯਾਰ ਐਟਲੀਸਟ ਕੰਪੋਜ਼ਰ ਨੂੰ ਪੁੱਛ ਤਾਂ ਲੈਂਦੇ ਵੀ ਤੁਹਾਡਾ ਗੀਤ ਦਾ ਅਸੀਂ ਮਿਊਜ਼ਿਕ ਥੋੜ੍ਹਾ ਯੂਜ਼ ਖੁਸ਼ੀ ਵੀ ਹੋਈ ਦੁੱਖ ਵੀ ਹੋਇਆ ਮਿਲਿਆ ਜੁਲਿਆ ਜਿਹਾ ਰਿਐਕਸ਼ਨ ਸੀ ਇੱਕ ਸਰ ਤੁਹਾਡੀ ਸਟੇਟਮੈਂਟ ਸੀਗੀ ਕਿ ਉਹ ਬੱਚੇ ਜਿਨ੍ਹਾਂ ਦੇ ਵਿੱਚ ਟੈਲੈਂਟ ਹੈਗਾ ਪਰ ਉਹ ਫਾਈਨੈਂਸ਼ਲੀ ਜਿਹੜਾ ਹੈਗਾ ਅੱਗੇ ਨਹੀਂ ਵੱਧ ਸਕਦੇ ਅਤੇ ਮੈਂ ਉਹਨਾਂ ਦੀ ਪੂਰੀ ਸਪੋਰਟ ਕਰੂੰਗਾ ਬਾਂਹ ਫੜੂੰਗਾ ਜੀ ਮੈਂ ਕਰਦਾ ਵੀ ਹਾਂ ਮੇਰੇ ਕੋਲ ਬਹੁਤ ਸਾਰੇ ਬੱਚੇ ਅਕੈਡਮੀ 'ਚ ਐਸੇ ਵੀ ਨੇ ਜਿਹੜੇ ਨਹੀਂ ਕੁਛ ਪੇ ਕਰ ਸਕਦੇ ਜਾਂ ਉਹਨਾਂ ਕੋਲ ਨਹੀਂ ਫੰਡਸ ਇੰਨੇ ਹੁੰਦੇ ਮੈਂ ਬਿਲਕੁਲ ਵੀ ਕੁਛ ਵੀ ਚਾਰਜ ਨਹੀਂ ਕਰਦਾ ਔਰ ਮੈਂ ਉਹਨਾਂ ਦੀ ਜਿਹੜੀ ਹੈਲਪ ਕਰਦਾ ਖੁਦ ਕਈ ਐਸੇ ਵੀ ਨੇ ਇੱਕ ਮੇਰੇ ਯਾਦ ਆ ਹੁਣ ਅਸੀਂ ਰਿਐਲਿਟੀ ਸ਼ੋਅ ਦੇ ਵਿੱਚ ਇੱਕ ਸਾਡਾ ਵਿਨਰ ਸੀਗਾ ਨੰਦ ਬਹੁਤ ਅੱਛਾ ਮੁੰਡਾ ਗਾਉਂਦਾ ਸੀ ਬੱਚਾ ਸੀਗਾ ਅਤੇ ਉਹਦੀ ਜਦੋਂ ਮੈਨੂੰ ਸਟੋਰੀ ਪਤਾ ਲੱਗੀ ਕਿ ਬਹੁਤ ਹੀ ਗਰੀਬ ਘਰੋਂ ਹੈ ਔਰ ਉਹਨਾਂ ਦੇ ਘਰ ਚੁੱਲ੍ਹਾ ਵੀ ਨਹੀਂ ਬਲਦਾ ਅਤੇ ਮੈਂ ਉਹਦੇ ਘਰ ਗਿਆ ਉਹਦੇ ਪਿੰਡ ਅੰਮ੍ਰਿਤਸਰ ਜ਼ਿਲ੍ਹੇ ਦਾ ਪਿੰਡ ਹੈ ਬਹੁਤ ਛੋਟਾ ਜਿਹਾ ਇੱਕ ਪਿੰਡ ਹੈ ਵਿਛੋਆ ਮੈਂ ਉੱਥੇ ਗਿਆ ਅਤੇ ਦੇਖਿਆ ਜਾ ਕੇ ਅਤੇ ਸਾਡੇ ਇੱਕ ਭੈਣ ਜੀ ਹੈ ਅਮੈਰੀਕਾ ਤੋਂ ਪ੍ਰੀਤ ਭੈਣ ਜੀ ਅਤੇ ਉਹਨਾਂ ਨੇ ਮੈਨੂੰ ਕਿਹਾ ਵੀ ਆਪਾਂ ਇਹਦੀ ਹੈਲਪ ਕਰਨੀ ਹੈ ਮੈਂ ਜ਼ਰੂਰ ਜੀ ਫਿਰ ਅਸੀਂ ਮੈਂ ਅਤੇ ਭੈਣ ਜੀ ਅਸੀਂ ਮਿਲ ਕੇ ਉਹ ਬੱਚੇ ਨੂੰ ਮੈਂ ਬਕਾਇਦਾ ਉਹਦੇ ਪਿੰਡ ਜਾ ਕੇ ਉਹਨੂੰ ਸਕੂਲ ਦੇ ਵਿੱਚ ਭਰਤੀ ਕਰਾਇਆ ਸਕੂਲ 'ਚ ਉਹਦੀ ਐਡਮਿਸ਼ਨ ਕਰਾਈ ਅਤੇ ਉਹਦੇ ਟੀਚਰਸ ਨੂੰ ਕਹਿ ਕੇ ਆਇਆ ਪ੍ਰਿੰਸੀਪਲ ਮੈਮ ਨੂੰ ਕਹਿ ਕੇ ਆਇਆ ਪੂਰੇ ਸਾਲ ਦਾ ਖਰਚਾ ਦੇ ਕੇ ਆਏ ਉਹਦੀਆਂ ਫੀਸਾਂ ਉਹਦੀਆਂ ਕਿਤਾਬਾਂ ਉਹਦੀਆਂ ਡਰੈਸਿਸ ਉਹਦੀ ਟਰਾਂਸਪੋਰਟ ਅਤੇ ਮੈਡਮ ਨੂੰ ਕਹਿ ਕੇ ਵੀ ਆਏ ਕਿ ਮੈਮ ਹੋਰ ਕੋਈ ਵੀ ਖਰਚਾ ਹੋਵੇ ਤੁਸੀਂ ਇਹਨੂੰ ਕੁਛ ਨਹੀਂ ਕਹਿਣਾ ਮੈਂ ਆਪਣਾ ਨੰਬਰ ਦੇ ਕੇ ਆਇਆ ਕਿ ਤੁਸੀਂ ਜੋ ਵੀ ਹੈ ਤੁਸੀਂ ਮੈਨੂੰ ਦੱਸਣਾ ਹੈ ਮੈਂ ਗੱਲ ਕਰਕੇ ਆਪਣੀ ਕੋਈ ਤਾਰੀਫ ਨਹੀਂ ਕਰਨੀ ਚਾਹੁੰਦਾ ਨਾ ਮੈਂ ਕੋਈ ਮਤਲਬ ਕੋਈ ਕ੍ਰੈਡਿਟ ਲੈਣਾ ਚਾਹੁੰਦਾ ਪਰ ਮੈਂ ਇਹ ਚਾਹੁੰਦਾ ਕਿ ਜਿਹੜਾ ਸਹੀ ਬੱਚਾ ਡਿਜ਼ਰਵ ਕਰਦਾ ਜਿਹੜਾ ਕੁਛ ਕਰ ਸਕਦਾ ਸਾਨੂੰ ਸਭ ਨੂੰ ਉਹਦੀ ਹੈਲਪ ਕਰਨੀ ਚਾਹੀਦੀ ਹੈ ਜਿਹਦੇ ਅੰਦਰ ਤੁਹਾਨੂੰ ਲੱਗਦਾ ਨਾ ਕਿ ਇਹ ਕਰ ਸਕਦਾ ਬਟ ਇਹਦੇ ਕੋਲ ਸਾਧਨ ਨਹੀਂ ਹੈਗੇ ਉੱਦਾਂ ਦੇ ਅਤੇ ਜੇ ਰੱਬ ਨੇ ਸਾਨੂੰ ਇੰਨੇ ਯੋਗਾ ਕੀਤਾ ਕਿ ਸਾਡੇ ਸਾਧਨ ਹੈਗੇ ਸਾਡੇ ਕੋਲ ਸਾਨੂੰ ਮਦਦ ਕਰਨੀ ਚਾਹੀਦੀ ਹੈ ਇੱਕ ਦੂਜੇ ਦੀ ਸਾਨੂੰ ਇੱਕ ਦੂਜੇ ਦੀ ਹੈਲਪ ਕਰਨੀ ਚਾਹੀਦੀ ਹੈ ਸੋ ਉਹੀ ਮੈਂ ਕੀਤਾ ਉਹੀ ਮੈਂ ਹੁਣ ਕਰ ਰਿਹਾ ਕਿ ਮੈਂ ਪਹਿਲਾਂ ਜਿਸ ਤਰ੍ਹਾਂ ਦੱਸ ਕੇ ਹਟਿਆ ਕਿ ਜੋ ਮੈਂ ਆਪਣੇ ਗੁਰੂ ਤੋਂ ਸੰਸਕਾਰ ਲਏ ਨੇ ਉਹੀ ਮੈਂ ਅੱਗੇ ਵੰਡ ਰਿਹਾ ਕਿਉਂਕਿ ਮੇਰੇ ਗੁਰੂ ਜੀ ਨੇ ਆਪਣੀ ਜੇਬ 'ਚੋਂ ਪੈਸੇ ਖਰਚ ਖਰਚ ਕੇ ਮੇਰੀ ਹੈਲਪ ਕੀਤੀ ਹੈ ਅਤੇ ਮੈਂ ਸੋਚਦਾ ਕਿ ਮੇਰੀ ਤਾਂ ਇੰਨੀ ਔਕਾਤ ਵੀ ਨਹੀਂ ਕਿ ਮੈਂ ਉਹਨਾਂ ਨੂੰ ਕੁਛ ਵਾਪਸ ਕਰ ਸਕਾਂ ਪਰ ਮੈਂ ਉਹਨਾਂ ਦੇ ਦਿੱਤੇ ਹੋਏ ਸੰਸਕਾਰ ਅੱਗੇ ਤੋਰ ਕੇ ਇਸ ਪਰੰਪਰਾ ਨੂੰ ਅੱਗੇ ਤੋਰ ਕੇ ਮੈਂ ਕਰ ਰਿਹਾ ਕਿ ਹੋ ਸਕਦਾ ਮੈਂ ਕੁਛ ਥੋੜ੍ਹਾ ਬਹੁਤ ਅੰਸ਼ ਆਪਣੇ ਗੁਰੂ ਜੀ ਦੀ ਸਿੱਖਿਆ ਦਾ ਉਹ ਮੈਂ ਵਾਪਸ ਕਰ ਸਕਦਾ ਬਿਲਕੁਲ ਸਰ ਅਤੇ ਸਰ ਫਿਲਮਾਂ ਦੇ ਡਾਇਲੋਗਸ ਹਿੱਟ ਹੁੰਦੇ ਨੇ ਤੁਹਾਡਾ ਡਾਇਲੋਗ ਹੈ ਟੈਨਸ਼ਨ ਨਹੀਂ ਲੈਣੀ ਕਾਫੀ ਹਿੱਟ ਹੋਇਆ ਜੀ ਇਹ ਡਾਇਲੋਗ ਨਹੀਂ ਹੈਗਾ ਐਕਚੁਲੀ ਇਹ ਮੇਰੇ ਜਜ਼ਬਾਤ ਨੇ ਕਿਉਂਕਿ ਮੈਂ ਲਾਈਫ ਦੇ ਵਿੱਚ ਇੱਕ ਚੀਜ਼ ਸਿੱਖੀ ਹੈ ਕਿ ਟੈਨਸ਼ਨ ਲੈ ਕੇ ਤੁਸੀਂ ਕਦੇ ਵੀ ਪੋਜ਼ਿਟਿਵ ਸੋਚ ਨਹੀਂ ਸਕਦੇ ਸੋ ਮੈਨੂੰ ਇਹੀ ਹੁੰਦਾ ਜੋ ਹੋ ਗਿਆ ਉਹਨੂੰ ਭੁੱਲ ਜਾਓ ਜੇ ਉਹਦੇ ਬਾਰੇ ਸੋਚੋਗੇ ਤਾਂ ਕੰਮ ਖਰਾਬ ਹੋਊਗਾ ਕਿਉਂਕਿ ਸਾਡੇ ਬਜ਼ੁਰਗ ਕਹਿੰਦੇ ਹੁੰਦੇ ਨੇ ਕਿ ਜੇ ਪਾਸਟ ਬਾਰੇ ਸੋਚੋਗੇ ਤਾਂ ਰੋਣਾ ਆਊਗਾ ਫਿਊਚਰ ਬਾਰੇ ਸੋਚੋਗੇ ਤਾਂ ਫਿਕਰ ਹੋਊਗੀ ਵੀ ਪਤਾ ਨਹੀਂ ਕੀ ਹੋਣਾ ਅੱਜ 'ਚ ਜੀਓ ਟੈਨਸ਼ਨ ਨਹੀਂ ਲੈਣੀ ਇੰਜੋਏ ਕਰੋ ਇੰਜੋਏ ਕਰੋ ਸਰ ਮੇਰੇ ਕੋਲ ਤੁਹਾਡੀਆਂ ਥੋੜ੍ਹੀ ਸਨੈਪਸ ਨੇ ਥੋੜ੍ਹੀਆਂ ਪੁਰਾਣੀਆਂ ਵੀ ਨਵੀਆਂ ਵੀ ਅਤੇ ਤੁਸੀਂ ਮੈਨੂੰ ਦੱਸਣਾ ਕਿ ਉਹ ਕਿਹੜੇ ਮੂਮੈਂਟਸ ਦੀਆਂ ਨੇ ਇਹ ਪਰਮਵੀਰ ਹੋਣੀ ਨੇ ਹਾਂਜੀ ਅਤੇ ਨਾਲ ਸਰਦੂਲ ਸਿਕੰਦਰ ਭਾਅ ਜੀ ਨੇ ਅਤੇ ਪੁਰੇਵਾਲ ਸਾਹਿਬ ਨੇ ਇਹਨਾਂ ਦਾ ਮੈਗਜ਼ੀਨ ਛਪਦਾ ਸੀ ਇਹ ਸਾਡੇ ਸਟੂਡੀਓ ਦੀ ਓਪਨਿੰਗ ਦੀਆਂ ਹੈਗੀਆਂ ਨੇ ਜੀ ਇਹ ਡੇਟ ਵੀ ਯਾਦ ਆ 25 April 2004 ਦੀ ਫੋਟੋ ਹੈ ਜੀ ਬਿਲਕੁਲ ਜੀ ਜੀ ਸਹੀ ਕਿਹਾ ਆਹ ਵਾਲੀ ਇਹ ਵੀ ਸੇਮ ਉਸੇ ਈਵੈਂਟ ਦੀ ਫੋਟੋ ਹੈ ਜੀ ਸਾਡੀ ਓਪਨਿੰਗ ਹੋ ਰਹੀ ਸੀ ਸਾਡੇ ਸਟੂਡੀਓ ਦੀ ਸਾਡੇ ਫੋਕ ਜੰਕਸ਼ਨ ਸਟੂਡੀਓ ਦੀ ਇਹ ਕੌਣ ਕੌਣ ਨੇ ਵਿੱਚ ਤੁਹਾਡੇ ਇਹ ਹੈਗੇ ਨੇ ਬਾਈ ਹਰਦੀਪ ਜੀ ਬਿਲਕੁਲ ਪਿੱਛੇ ਸਰਬਜੀਤ ਚੀਮਾ ਜੀ ਹਾਂਜੀ ਤੇ ਅੱਗੇ ਤੇ ਰਵਿੰਦਰ ਗਰੇਵਾਲ ਹਾਂਜੀ ਇਹ ਮੈਂ ਜੀ ਇਹ ਮੇਰੀ ਬੇਟੀ ਹੈ ਓਕੇ ਜੀ ਇੱਕ ਹੋਰ ਇਹ ਫੋਟੋ ਹੈਗੀ ਹੈ ਜੀ ਸਾਡੇ ਕਾਲਜ ਦੀ ਅਤੇ ਮੈਂ DAV ਕਾਲਜ ਜਲੰਧਰ ਪੜ੍ਹਦਾ ਸੀ ਜਦੋਂ ਇਹ ਮੇਰੇ ਕਜ਼ਨ ਨੇ ਅੱਜ ਕੱਲ੍ਹ ਮਿਊਜ਼ਿਕ ਡਾਇਰੈਕਟਰ ਨੇ ਮਿਊਜ਼ਿਕ ਡਾਇਰੈਕਟਰ ਕੁਲਜੀਤ ਸਿੰਘ ਇਹ ਉਹ ਨੇ ਇਹ ਅੱਜ ਕੱਲ੍ਹ ਪ੍ਰੋਫੈਸਰ ਨੇ ਸੁਖਦੇਵ ਸਾਗਰ ਆਪਣੇ ਜਲੰਧਰ ਖਾਲਸਾ ਕਾਲਜ ਉੱਥੇ ਪ੍ਰੋਫੈਸਰ ਨੇ ਇਹ ਮੈਂ ਜੀ ਇਹ ਅਸੀਂ ਯੂਥ ਫੈਸਟੀਵਲ ਦੇ ਵਿੱਚ ਪਾਰਟੀਸਪੇਟ ਕਰ ਰਹੇ ਹਾਂ ਜੀ ਉੱਥੇ ਸਟੇਜ 'ਤੇ ਖਿੱਚੀ ਗਈ ਫੋਟੋ ਹੈ ਅਤੇ ਆਹ ਕੁਲਜੀਤ ਹੋਣੀ ਨਾਲ ਨੇ ਦੂਸਰੀ ਫੋਟੋ ਦੇ ਵਿੱਚ
ਇਹ ਅਸੀਂ ਯੂਥ ਫੈਸਟੀਵਲ ਹੁਣੇ ਪਿੱਛੇ ਜੇ ਮੁਕਤਸਰ ਸਾਹਿਬ ਇੱਕ ਯੂਥ ਫੈਸਟੀਵਲ ਹੋਇਆ ਸੀ ਪੰਜਾਬ ਯੂਨੀਵਰਸਿਟੀ ਦਾ, ਉੱਥੇ ਅਸੀਂ ਜਜਮੈਂਟ 'ਤੇ ਬੈਠੇ ਹਾਂ। ਸੋ ਕਿਸੇ ਹਾਂਜੀ ਕਿਸੇ ਨੇ ਫੋਟੋ ਪੋਸਟ ਕੀਤੀ ਸੀ ਕਿ ਜਰਨੀ ਆਫ ਯੂਥ ਫੈਸਟੀਵਲਸ ਫਰੋਮ ਪਾਰਟਿਸਪੈਂਟਸ ਟੂ ਜਜਮੈਂਟ। ਬਿਲਕੁਲ, ਅਤੇ ਬਹੁਤ ਵਧੀਆ ਗੱਲ ਹੈ। ਇੱਥੇ ਕੀ ਸੋਚ ਰਹੇ ਹੋ? ਇੱਥੇ ਮੈਂ, ਇਹ ਸਾਡੇ ਰਿਕਾਰਡਿੰਗ ਸਟੂਡੀਓ ਦੀ ਫੋਟੋ ਹੈ। ਇੱਥੇ ਮੈਂ ਸੋਚ ਰਿਹਾ ਸੀ ਯਾਰ ਮਿਊਜ਼ਿਕ ਦਾ ਕੀ ਹਾਲ ਬਣ ਗਿਆ ਅੱਜ ਦਾ ਡੇਟ 'ਚ, ਕੁਛ ਨਵਾਂ ਕੀ ਸੋਚਿਆ ਜਾਵੇ, ਕੁਛ ਅੱਜ ਦਾ ਕੀ ਇੱਦਾਂ ਦਾ ਰਿਕਾਰਡ ਕੀਤਾ ਜਾਵੇ ਜਿਹਦੇ ਨਾਲ ਲੋਕਾਂ ਨੂੰ ਲੱਗੇ ਵੀ ਵਾਹ ਵੀ ਵਾਹ ਮਜ਼ਾ ਆ ਗਿਆ। ਇੱਕ ਕਲਾਸ ਫੋਟੋ, ਇਹ ਫੋਟੋ ਜੀ ਹੁਣੇ ਥੋੜ੍ਹੇ ਦਿਨ ਪਹਿਲਾਂ ਖਿੱਚੀ ਹੋਈ ਫੋਟੋ ਹੈ। ਮੈਂ ਅਸਮਾਨ ਵੱਲ ਦੇਖ ਕੇ ਇੱਕ ਗੱਲ ਸੋਚ ਰਿਹਾ ਸੀ। ਮੈਂ ਪਿੱਛੇ ਜੇ ਹੁਣ ਪੋਸਟ ਕੀਤੀ ਵੀ ਔਰ ਕੈਪਸ਼ਨ ਵੀ ਪਾਇਆ, ਕੈਪਸ਼ਨ ਪਾਇਆ ਕਿ ਜਿੰਨਾ ਮਰਜ਼ੀ ਉੱਚਾ ਉੱਡ ਲੈ ਮਿੱਤਰਾ, ਅੰਬਰਾਂ 'ਚ ਕਦੇ ਘਰ ਨਹੀਂ ਬਣਦੇ। ਬਿਲਕੁਲ। ਸੋ ਮੈਂ ਸੋਚਦਾ ਸੀ ਕਿ ਪੈਰ ਹਮੇਸ਼ਾ ਜ਼ਮੀਨ 'ਤੇ ਹੀ ਰੱਖਣੇ ਚਾਹੀਦੇ ਆ ਜੇ ਤੁਸੀਂ ਜਿਹੜਾ ਘਰ ਬਣਾਉਣਾ ਜਾਂ ਇੱਕ ਪ੍ਰੋਪਰ ਜਿੱਥੇ ਤੁਸੀਂ ਸਕੂਨ ਦੀ ਨੀਂਦ ਸੌ ਸਕਦੇ ਹੋ, ਉਹ ਤੁਹਾਨੂੰ ਉਹਦੇ ਲਈ ਜ਼ਮੀਨ 'ਤੇ ਹੀ ਆਉਣਾ ਪੈਂਦਾ, ਅੰਬਰਾਂ 'ਚ ਘਰ ਨਹੀਂ ਬਣਦੇ। ਨਹੀਂ ਬਣਦੇ ਜੀ। ਬਿਲਕੁਲ ਸਰ। ਅਤੇ ਸਰ ਇੱਕ ਸਵਾਲ ਕਿ ਅੱਜ ਜੇਕਰ ਤੁਸੀਂ ਮਿਊਜ਼ਿਕ ਡਾਇਰੈਕਟਰ ਨਾ ਹੁੰਦੇ ਤਾਂ ਕੀ ਹੁੰਦੇ? ਉਹੀ ਜੀ, ਮੈਂ ਐਰੋਨੋਟੀਕਲ ਇੰਜੀਨੀਅਰ ਹੁੰਦਾ, ਜਹਾਜ਼ਾਂ ਨੂੰ ਠੀਕ ਕਰਦਾ ਹੁੰਦਾ ਜੀ, ਜਹਾਜ਼ ਠੀਕ ਕਰਦਾ ਹੁੰਦਾ ਜਾਂ ਉਡਾਉਂਦਾ ਹੁੰਦਾ ਅਤੇ ਜਾਂ ਫਿਰ ਜਹਾਜ਼ਾਂ ਦੀ ਵਰਕਸ਼ਾਪ 'ਚ ਠੀਕ ਕਰ ਰਿਹਾ ਹੁੰਦਾ ਜਹਾਜ਼। ਓਕੇ। ਲਾਈਫ ਦਾ ਇੱਦਾਂ ਦਾ ਕੋਈ ਮੂਮੈਂਟ ਜਿਹੜਾ ਤੁਸੀਂ ਦੁਬਾਰਾ ਜੀਣਾ ਚਾਹੁੰਦੇ ਹੋ ਕਿ ਆਹ ਚੀਜ਼ ਦੁਬਾਰਾ ਮੈਂ ਜੀਣਾ ਚਾਹੁੰਦਾ ਇੱਕ ਵਾਰੀ ਫਿਰ ਤੋਂ? ਸਹੀ ਦੱਸਾਂ ਤਾਂ ਮੈਂ ਆਪਣੀ ਸਟੂਡੈਂਟ ਲਾਈਫ 'ਚ ਵਾਪਸ ਜਾਣਾ ਚਾਹੁੰਦਾ, ਬਚਪਨ ਦੀ ਉਹ ਜਿਹੜੀ ਜ਼ਿੰਦਗੀ ਸੀ, ਕਮਾਲ ਦੀ ਜ਼ਿੰਦਗੀ ਸੀ, ਦੁਬਾਰਾ ਨਹੀਂ ਉਹ ਪਲ ਮਿਲਦੇ। ਬਿਲਕੁਲ, ਉਹ ਜਿਹੜਾ ਗੋਲਡਨ ਪੀਰੀਅਡ ਹੁੰਦਾ ਜੀ ਤੁਹਾਡਾ, ਤੁਸੀਂ ਉਹਨੂੰ ਮਿਸ ਕਰਦੇ ਹੋ, ਸਾਰੀ ਜ਼ਿੰਦਗੀ ਮਿਸ ਕਰਦੇ। ਬਿਲਕੁਲ। ਉਸ ਤੋਂ ਬਾਅਦ ਤਾਂ ਬੰਦਾ ਜ਼ਿੰਮੇਦਾਰੀਆਂ 'ਚ ਹੀ ਸਾਰੀ ਜ਼ਿੰਦਗੀ ਕੱਢ ਦਿੰਦਾ, ਪਰ ਉਹ ਇੱਕ ਬੇਪਰਵਾਹ, ਇੱਕ ਜਿਹਨੂੰ ਕਹਿ ਸਕਦੇ ਹੋ ਇੰਜੋਏ ਕਰਨ ਵਾਲੀ, ਇੱਕ ਲਾਪਰਵਾਹ ਜਿਹੀ ਜ਼ਿੰਦਗੀ ਸੀ ਜਿਹਦੇ 'ਚ ਤੁਸੀਂ ਹਰ ਰੰਗ ਮਾਣਦੇ ਹੋ। ਓਕੇ। ਸੋ ਮੈਂ ਸਟੂਡੈਂਟ ਬਣਨਾ ਚਾਹੂੰਗਾ ਦੁਬਾਰਾ। ਵੈਸੇ ਤਾਂ ਮੈਂ ਹੁਣ ਵੀ ਸਟੂਡੈਂਟ ਹਾਂ, ਸੰਗੀਤ ਦਾ ਸਟੂਡੈਂਟ ਹਾਂ, ਪਰ ਇੱਕ ਰੈਗੂਲਰ ਕਾਲਜ ਸਕੂਲ ਦਾ ਕਾਲਜ ਦਾ ਸਟੂਡੈਂਟ ਬਣਨਾ ਚਾਹੂੰਗਾ ਦੁਬਾਰਾ। ਅਪਕਮਿੰਗ ਪ੍ਰੋਜੈਕਟਸ ਅੱਗੇ ਕੀ ਕਰ ਰਹੇ ਹੋ, ਕੁਛ ਕੀ ਨਵਾਂ ਲੈ ਕੇ ਆ? ਕੁਛ ਕੁ ਗਾਣੇ ਆ ਰਹੇ ਨੇ ਜੀ, ਮੈਂ ਦੋ ਗਾਣੇ ਕੀਤੇ ਨੇ। ਕੁਛ ਮੈਂ ਅਪਕਮਿੰਗ ਪ੍ਰੋਜੈਕਟਸ ਦੇ ਵਿੱਚ ਇੱਕ ਚੀਜ਼ ਮੈਂ ਮਹਿਸੂਸ ਕੀਤੀ ਔਰ ਮੈਂ ਅੱਜ ਮੈਂ ਅਨਾਊਂਸ ਕਰਨੀ ਚਾਹੂੰਗਾ ਇਹ ਗੱਲ। ਸਾਡੀ ਅਕੈਡਮੀ ਦੇ ਵਿੱਚ ਨਾ ਕੁਛ ਬੜੇ ਅੱਛੇ ਬੜੇ ਟੈਲੈਂਟਡ ਬੱਚੇ ਆਏ ਨੇ, ਕੁਛ ਕੁੜੀਆਂ ਆਈਆਂ ਨੇ, ਔਰ ਮੈਂ ਇਹ ਦੇਖਿਆ ਕਿ ਸਾਡੇ ਜਿਹੜਾ ਕਲਚਰ ਹੈ ਉਹਦੇ ਵਿੱਚੋਂ ਵੈਸਟਰਨ ਕਲਚਰ ਜ਼ਿਆਦਾ ਹਾਵੀ ਹੋ ਰਿਹਾ ਸਾਡੇ 'ਤੇ। ਅਤੇ ਮੈਂ ਉਹ ਦੇਖਦੇ ਹੋਏ ਇੱਕ ਕੁੜੀਆਂ ਦਾ ਗਰੁੱਪ ਬਣਾਇਆ, ਉਹਦਾ ਨਾਂ ਰੱਖਿਆ ਦੇਸੀ ਮੁਟਿਆਰਾਂ, ਜਿਵੇਂ ਤੁਹਾਡੇ ਪ੍ਰੋਗਰਾਮ ਦਾ ਨਾਂ ਹੈ ਦੇਸੀ ਕਲਾਕਾਰ, ਇੱਦਾਂ ਹੀ ਮੈਂ ਕੁੜੀਆਂ ਦੇ ਗਰੁੱਪ ਦਾ ਨਾਂ ਰੱਖਿਆ ਦੇਸੀ ਮੁਟਿਆਰਾਂ, ਔਰ ਉਹਨਾਂ ਨੂੰ ਮੈਂ ਸਾਰੇ ਲੇਡੀਜ਼ ਸੰਗੀਤ ਦੇ ਗੀਤ ਜਿਹੜੇ ਹੈ ਉਹ ਤਿਆਰ ਕਰਵਾਏ ਨੇ ਕਿ ਤੁਸੀਂ ਪ੍ਰੋਪਰ ਤਰੀਕੇ ਨਾਲ ਬੈਠ ਕੇ, ਜਿੱਦਾਂ ਪੁਰਾਣੇ ਸਮੇਂ 'ਚ ਹੁੰਦਾ ਸੀ ਨਾ ਕਿ ਆਪਾਂ ਲੇਡੀ ਸੰਗੀਤ ਕਰਦੇ ਹੁੰਦੇ ਸੀ, ਲੇਡੀਜ਼ ਗਾਉਂਦੀਆਂ ਹੁੰਦੀਆਂ ਸੀ ਵਿਆਹ ਤੋਂ ਪਹਿਲਾਂ, ਠੀਕ ਹੈ, ਫਿਰ ਉਸੇ ਤਰ੍ਹਾਂ ਸਾਰਾ ਕੁਛ ਕਰ ਕਰਾ ਕੇ ਬਾਅਦ 'ਚ ਜਦੋਂ ਖਤਮ ਹੁੰਦਾ ਸੀ ਫਿਰ ਪਤਾਸੇ ਵੰਡੇ ਜਾਂਦੇ ਸੀ, ਹੈ ਨਾ? ਉਹ ਮਾਹੌਲ ਪੂਰਾ ਇੱਕ ਤਰ੍ਹਾਂ ਦਾ ਮੈਂ ਕਲਚਰ ਦੁਬਾਰਾ ਲੈ ਕੇ ਆਉਣਾ ਚਾਹੁੰਦਾ, ਕਿਉਂਕਿ ਮੈਂ ਬਚਪਨ 'ਚ ਦੇਖਿਆ ਆਪਣੇ ਦਾਦੀ ਜੀ ਉਹਨਾਂ ਨੂੰ ਦੇਖਿਆ, ਆਪਣੇ ਮਦਰ ਨੂੰ ਦੇਖਿਆ। ਸੋ ਮੈਂ ਦੁਬਾਰਾ ਉਹ ਜਿਹੜਾ ਇੱਕ ਪ੍ਰੋਜੈਕਟ ਲੈ ਕੇ ਆਊਂਗਾ ਔਰ ਬੜੀ ਜਲਦੀ ਲੈ ਕੇ ਆਊਂਗਾ ਪ੍ਰੋਜੈਕਟ, ਔਰ ਮੈਂ ਉਮੀਦ ਕਰਦਾ ਕਿ ਉਹ ਪ੍ਰੋਜੈਕਟ ਇੰਨੀ ਜਲਦੀ ਲੋਕਾਂ ਦਾ ਪਿਆਰ ਮਿਲੂਗਾ, ਕਿਉਂਕਿ ਮੈਂ ਬਹੁਤ ਪੋਜ਼ਿਟਿਵ ਹਾਂ ਕਿ ਤੁਸੀਂ ਦੁਬਾਰਾ ਮੈਨੂੰ ਖੁਦ ਸਾਹਮਣੇ ਤੋਂ ਜਲਦੀ ਫੋਨ ਕਰਕੇ ਕਹੋਗੇ ਕਿ ਕਿੱਟੂ ਜੀ ਅਸੀਂ ਉਹ ਦੇਸੀ ਮੁਟਿਆਰਾਂ ਦੀ ਇੰਟਰਵਿਊ ਕਰਨੀ ਹੈ, ਟਾਈਮ ਦਿਓ ਜੀ। ਓਕੇ, ਬਿਲਕੁਲ, ਆਪਾਂ ਆਵਾਂਗੇ ਇੰਟਰਵਿਊ ਕਰਨ। ਬਿਲਕੁਲ ਜੀ, ਮੈਂ ਪੋਜ਼ਿਟਿਵ ਹਾਂ ਇਸ ਮਾਮਲੇ 'ਚ। ਓਕੇ ਸਰ। ਅਤੇ ਸਰ ਲਾਸਟ ਕੁਐਸਚਨ, ਮਿਊਜ਼ਿਕ ਡਾਇਰੈਕਟਰ ਦਾ ਕੋਈ ਫੇਵਰੇਟ ਮਿਊਜ਼ਿਕ ਡਾਇਰੈਕਟਰ? ਬੜਾ ਔਖਾ ਸਵਾਲ ਹੈ, ਵਕਤ ਵਕਤ ਦੇ ਨਾਲ ਹਰ ਬੰਦੇ ਨੇ ਮੇਰੇ 'ਤੇ ਅਸਰ ਛੱਡਿਆ। ਜਦੋਂ ਮੈਂ ਪੰਜਾਬੀ ਮਿਊਜ਼ਿਕ ਕਰਨਾ ਸ਼ੁਰੂ ਕੀਤਾ ਉਦੋਂ ਮੈਂ ਚਰਨਜੀਤ ਆਹੂਜਾ ਸਾਹਿਬ ਦੀ ਮਿਊਜ਼ਿਕ ਤੋਂ ਬਹੁਤ ਜ਼ਿਆਦਾ ਪ੍ਰਭਾਵਿਤ ਸੀ ਔਰ ਮੈਂ ਉਹਨਾਂ ਦੇ ਨਾਲ ਫਿਰ ਟਾਈਮ ਬਿਤਾਇਆ ਵੀ, ਉਹਨਾਂ ਤੋਂ ਸਿੱਖਿਆ ਵੀ ਜਿਹੜੀਆਂ ਸਟੂਡੀਓ ਦੀਆਂ ਬਰੀਕੀਆਂ ਨੇ। ਅਦਰਵਾਈਜ਼ ਮੈਂ ਹਿੰਦੀ ਫਿਲਮ ਇੰਡਸਟਰੀ ਦੀ ਗੱਲ ਕਰਾਂ ਤਾਂ ਮੈਂ ਲਕਸ਼ਮੀਕਾਂਤ ਪਿਆਰੇ ਲਾਲ ਜੀ ਤੋਂ ਬਹੁਤ ਇੰਪ੍ਰੈਸ ਸੀ, ਉਹਨਾਂ ਦਾ ਕੰਮ ਕਰਨ ਦਾ ਤਰੀਕਾ ਔਰ ਉਹਨਾਂ ਦੀ ਸਾਊਂਡ ਡਿਜ਼ਾਈਨਿੰਗ ਉਹਨਾਂ ਦੀ ਬਹੁਤ ਕਮਾਲ ਦੀ ਸੀ। ਪਰ ਜੇ ਮੈਂ ਮਾਡਰਨ ਤਰੀਕੇ ਦੀ ਗੱਲ ਕਰਾਂ ਅੱਜ ਦੇ ਮਿਊਜ਼ਿਕ ਡਾਇਰੈਕਟਰਸ ਦੀ, ਫਿਰ ਮੈਂ ਏ ਆਰ ਰਹਿਮਾਨ ਸਾਹਿਬ ਤੋਂ ਬਹੁਤ ਇੰਪ੍ਰੈਸਡ ਹਾਂ, ਕਿਉਂਕਿ ਉਹ ਇੱਕ ਐਸੇ ਮਿਊਜ਼ਿਕ ਡਾਇਰੈਕਟਰ ਨੇ ਜਿਹੜੇ ਹਿੰਦੀ ਫਿਲਮਾਂ ਦੇ ਵਿੱਚ ਇੱਕ ਐਕਸਪੈਰੀਮੈਂਟਲ ਮਿਊਜ਼ਿਕ ਡਾਇਰੈਕਟਰ ਨੇ, ਔਰ ਮਿਊਜ਼ਿਕ ਡਾਇਰੈਕਟਰ ਦਾ ਐਕਸਪੈਰੀਮੈਂਟਲ ਹੋਣਾ ਬਹੁਤ ਜ਼ਰੂਰੀ ਹੈ, ਲਕੀਰ ਦਾ ਫਕੀਰ ਨਹੀਂ ਹੋਣਾ ਚਾਹੀਦਾ, ਐਕਸਪੈਰੀਮੈਂਟਲ ਹੋਣਾ ਚਾਹੀਦਾ। ਉਹ ਏ ਆਰ ਰਹਿਮਾਨ ਸਾਹਿਬ ਨੇ, ਮੈਂ ਉਹਨਾਂ ਤੋਂ ਬਹੁਤ ਜ਼ਿਆਦਾ ਇੰਪ੍ਰੈਸ ਹਾਂ ਔਰ ਕਾਫੀ ਕੁਛ ਸਿੱਖਿਆ ਉਹਨਾਂ ਤੋਂ ਮੈਂ।
ਪਲੀਜ਼ ਸਰ ਬਹੁਤ ਬਹੁਤ ਧੰਨਵਾਦ ਤੁਸੀਂ ਸਾਨੂੰ ਆਪਣਾ ਕੀਮਤੀ ਟਾਈਮ ਜਿਹੜਾ ਉਹ ਦਿੱਤਾ ਨਹੀਂ ਤੁਹਾਡਾ ਬਹੁਤ ਬਹੁਤ ਸ਼ੁਕਰੀਆ ਤੁਸੀਂ ਮੈਨੂੰ ਆਪਣੇ ਦਿਲ ਦੇ ਜਜ਼ਬਾਤ ਆਪਣੇ ਦਿਲ ਦੇ ਉਬਾਲ ਕੱਢਣ ਦਾ ਮੌਕਾ ਦਿੱਤਾ ਤੁਹਾਡੇ ਦਰਸ਼ਕਾਂ ਦੇ ਰੂਬਰੂ ਹੋਣ ਦਾ ਮੌਕਾ ਦਿੱਤਾ ਉਹਦੇ ਲਈ ਮੈਂ ਤੁਹਾਡਾ ਬਹੁਤ ਸ਼ੁਕਰਗੁਜ਼ਾਰ ਹਾਂ ਔਰ ਦਰਸ਼ਕਾਂ ਦਾ ਵੀ ਬਹੁਤ ਧੰਨਵਾਦ ਜਿਨ੍ਹਾਂ ਨੇ ਇੰਨੀ ਦੇਰ ਮੈਨੂੰ ਬਰਦਾਸ਼ਤ ਕੀਤਾ ਥੈਂਕ ਯੂ ਵੈਰੀ ਮੱਚ ਸੋ ਜੀ ਇਹ ਸੀ ਸਾਡੇ ਨਾਲ ਤੇਜਵੰਤ ਕਿੱਟੂ ਜੀ ਕਹਿੰਦੇ ਨੇ ਮਿਹਨਤਾਂ ਨੂੰ ਹੀ ਫਲ ਲੱਗਦੇ ਨੇ ਅਤੇ ਉਹਨਾਂ ਉਹ ਅੱਜ ਜਿਸ ਮੁਕਾਮ 'ਤੇ ਪਹੁੰਚੇ ਨੇ ਉਹ ਉਹਨਾਂ ਦੀ ਮਿਹਨਤ ਦਾ ਹੀ ਨਤੀਜਾ ਹੈ ਅਗਲੀ ਵਾਰ ਫਿਰ ਕਿਸੇ ਸੈਲੀਬ੍ਰਿਟੀ ਨੂੰ ਲੈ ਕੇ ਤੁਹਾਡੇ ਰੂਬਰੂ ਹੋਵਾਂਗੇ ਫਿਲਹਾਲ ਮੈਨੂੰ ਦਿਓ ਇਜਾਜ਼ਤ ਤੁਸੀਂ ਦੇਖਦੇ ਰਹੋ ਰੰਗਲਾ ਟੀਵੀ ਸਤਿ ਸ਼੍ਰੀ ਅਕਾਲ ਯਾਰ ਤੇਰਾ ਸੁਪਰਸਟਾਰ ਦੇਸੀ ਕਲਾਕਾਰ